ਮਿਰਾਕੁਲਾ ਹੈ। ਸਮੁੱਚੇ ਸਿੱਖ ਚੈਨਲ ਦੇ ਸਰੋਤਿਆਂ ਨੂੰ ਆਪਾਂ ਫਤਿਹ ਬੁਲਾਉਂਦੇ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਂ ਦੇ ਅਸੀਸ ਬਖਸ਼ੀਸ ਨੂੰ ਦੁਹਰਾਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਬੜੇ ਮਾਣ ਵਾਲੀ ਗੱਲ ਏ, ਖੁਸ਼ੀ ਵਾਲੀ ਗੱਲ ਏ ਕਿ ਅੱਜ ਉਹ ਦਿਨ ਹੈ ਜਿਹੜਾ ਬੜੇ ਦਿਨਾਂ ਤੋਂ ਆਪਾਂ ਉਡੀਕ ਰਹੇ ਸੀ, ਜੋ ਸਿੱਖ ਚੈਨਲ ਨੇ ਬੜਾ ਵਧੀਆ ਉਪਰਾਲਾ ਕਰਕੇ ਸੰਗਤਾਂ ਦੇ ਘਰ ਘਰ ਤੱਕ ਗੁਰਬਾਣੀ ਪਹੁੰਚਾਈ ਹੈ। ਉਸ ਧਰਤੀ ਤੋਂ ਸ੍ਰੀ ਸਹਿਜ ਪਾਠ ਹੋਏ ਹਨ, ਕਰਤਾਰਪੁਰ ਦੀ ਧਰਤੀ ਤੋਂ। ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਰਦਾਂਗਰ, ਬਾਬਾ ਜਾਹਿਰ ਪੀਰ ਜਗਤਪੁਰ ਬਾਬਾ, ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪ 18 ਸਾਲ ਦੇ ਕਰੀਬ ਖੇਤੀ ਕੀਤੀ, ਧਰਮ ਦੀ ਕਿਰਤ ਕੀਤੀ, ਔਰ ਸਾਨੂੰ ਉਸਦੇ ਰਾਹ ਪਾਇਆ। ਉਸ ਜਗ੍ਹਾ ਤੋਂ ਅੱਜ ਸ੍ਰੀ ਸਹਿਜ ਪਾਠ ਜੀ ਦੇ ਸਾਹਿਬ ਜੀ ਦੇ ਭੋਗ ਪੈਣਗੇ। ਤਕਰੀਬਨ ਸਾਡੇ ਸ਼ੋਅ ਤੋਂ ਬਾਅਦ ਨਾਲ ਹੀ 9 ਵਜੇ ਤੇ ਨਾਲ ਸ਼ੁਰੂ ਹੋ ਜਾਏਗਾ ਸਹਿਜ ਪਾਠ ਦੀ ਸੰਪੂਰਨਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਲੋਕ, ਉਸ ਤੋਂ ਬਾਅਦ ਉਪਰੰਤ ਕਥਾ ਕੀਰਤਨ ਢਾਡੀ ਵਾਰਾਂ ਕਾਇਮ ਕੀਤੀਆਂ ਜਾਣਗੀਆਂ। ਸੰਗਤਾਂ ਨੂੰ ਬੇਨਤੀ ਕਿ ਆਪਾਂ ਸਭ ਨੇ ਸਰਵਣ ਕਰਨੀ ਹੈ, ਗੁਰੂ ਸਾਹਿਬ ਦੀ ਅਸੀਸ ਬਖਸ਼ੀਸ ਲੈਣੀ। ਬਾਕੀ ਸੰਗਤ ਜੀ, ਇਹ ਅੰਮ੍ਰਿਤ ਵੇਲਾ ਸ਼ੋਅ ਏਕ ਪਿਤਾ ਏਕ ਸਿਹਾਮ ਬਾਰਕ, ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਆਪਾਂ ਗੱਲਬਾਤ ਕਰਾਂਗੇ ਜੋ ਪਿਛਲੇ ਦਿਨਾਂ ਦੇ ਵਿੱਚ ਐਤਕੀ ਇਸ ਸਾਲ ਦੇ ਵਿੱਚ ਜੋ ਸ਼੍ਰੋਮਣੀ ਕਮੇਟੀ ਆਨੰਦ ਸਾਹਿਬ ਕੈਲੰਡਰ ਲਿਖਿਆ, 26 ਮਈ ਨੂੰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਦਿਹਾੜਾ ਆਇਆ। ਦੇਖੋ ਕੈਸੀ ਗੱਲ, 1984 ਦੇ ਵਿੱਚ ਜਦੋਂ 6 ਜੂਨ ਨੂੰ ਹਮਲਾ ਹੋਇਆ, ਇਹ ਸਾਡੀ ਗੌਰਮੈਂਟ ਨੇ ਹਮਲਾ ਕੀਤਾ ਸਾਡੇ ਦਰਬਾਰ ਤੇ। ਉਸ ਵੇਲੇ 6 ਜੂਨ ਦਾ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸ਼ਹੀਦੀ ਦਿਹਾੜਾ ਸੀ। ਇਹਨਾਂ ਨੂੰ ਪਤਾ ਕਿ ਸੰਗਤਾਂ ਇਕੱਠੀਆਂ ਹੋਣਗੀਆਂ, ਆਪਾਂ ਹਮਲਾ ਕਰਕੇ ਸੰਗਤਾਂ ਨੂੰ ਖਤਮ ਕਰ ਦਿੱਤਾ। ਅੱਜ ਕਿਉਂ ਪਿੱਛੇ ਹੌਲੀ ਹੌਲੀ ਲਈ ਜਾਂਦੇ ਪੈਣ, ਇਹ ਕਿੱਡੀ ਵੱਡੀ ਸੋਚ, ਕਿੱਡੀ ਵੱਡੀ ਇਹਨਾਂ ਦੂਰ ਦੇਸੀਏ ਕਿਤੇ ਇਹ ਇਕੱਠੀ ਹੋ ਕੇ ਬੈਠ ਜਾਂਦੇ। ਗੁਰੂ ਅੱਗੇ ਸਾਰੇ ਅਰਦਾਸ ਕਰੀਏ ਕਿ ਸਾਡਾ ਨਾਨਕ ਸਾਹਿਬ ਕੈਲੰਡਰ ਜੋ ਪੂਰੇ ਵਾਲਾ ਪਹਿਲਾ ਬੀਬੀ ਜਗੀਰ ਕੌਰ ਨੇ ਲਾਗੂ ਕੀਤਾ ਸੀ, ਉਹ ਅੱਜ ਵੀ ਲਾਗੂ ਹੈ ਤੇ ਇੱਕ ਡੇਟਾਂ ਤੇ ਰਹਿ ਸਕੀਏ ਜੋ ਸਾਡੇ ਨਾਲ ਪਹਿਲਾਂ ਹੋਇਆ ਉਹ ਯਾਦ ਕਰ ਸਕੀਏ। ਜਿਸ ਤਰ੍ਹਾਂ ਇਸ ਸਾਲ ਦੇ ਵਿੱਚ 20 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਗਿਆ। ਕੈਸੇ ਕਦੀ ਇਸੇ ਇੱਕ ਸਾਲ 'ਚ ਦੋ, ਕਦੀ ਇੱਕ ਸਾਲ 'ਚ ਇੱਕ, ਕਦੀ ਇੱਕ ਸਾਲ 'ਚ ਇੱਕ ਨਹੀਂ ਆਉਂਦਾ, ਇਹ ਕੈਸੀ ਗੱਲ ਹੈ। ਗੁਰ ਕਿਰਪਾ ਕਰੇ ਕਿ ਆਪਾਂ ਉਦੋਂ ਉਪਰਾਲਾ ਕਰੀਏ, ਆਪੇ ਸਤਿਗੁਰ ਰਹਿਮਤ ਕਰਨਗੇ। ਅੱਜ ਏਕ ਪਿਤਾ ਏਕ ਸਿਹਾਮ ਬਾਰਕ ਦੇ ਸ਼ੋਅ ਦੇ ਵਿੱਚ ਮੇਰੇ ਨਾਲ ਅਤਿ ਸਤਿਕਾਰਯੋਗ ਆਏ ਨੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸ਼ਹੀਦੀ ਦਿਹਾੜੇ ਨੂੰ ਆਪਾਂ ਯਾਦ ਕਰਾਂਗੇ। ਸ਼ਹੀਦੀ ਕਿਵੇਂ ਹੋਈ, ਕੀ ਗੱਲਬਾਤ ਸੀ, ਇਹਦੇ ਕੀ ਕਾਰਨ ਸਨ। ਪੰਚ ਪ੍ਰਸਿੱਧ ਕਥਾਵਾਚਕ ਭਾਈ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ, ਆਪਾਂ ਵੀਰ ਨੂੰ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਅਤੇ ਸਿੱਖ ਚੈਨਲ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਬੜੇ ਹੀ ਪਿਆਰ ਅਦਬ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੈਂ ਵੀਰ ਬਾਰੇ ਥੋੜ੍ਹਾ ਦੱਸ ਦਿਆਂ ਕਿ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਇਸ ਵੀਰ ਤੇ ਵਿਰਲੇ ਨੇ ਕਿ ਤਕਰੀਬਨ ਲੋਕਡਾਊਨ ਦੇ ਦੌਰਾਨ ਪਹਿਲਾਂ ਵੀ ਇਹ 5 ਕਲਾਸਾਂ ਨੂੰ ਅਟੈਂਡ ਕਰਦੇ ਨੇ ਤੇ 5 ਕਲਾਸਾਂ ਦੇ ਵਿੱਚ ਤਕਰੀਬਨ ਵਟਸਐਪ ਦੇ ਉੱਪਰ 200 ਵਿਦਿਆਰਥੀ ਹੈ, 1000 ਕੁ ਵਿਦਿਆਰਥੀ ਜਿਹਨਾਂ ਨੂੰ ਸੰਥਿਆ ਦੇ ਗੁਰ ਇਤਿਹਾਸ ਵੀ ਦਿੰਦੇ ਨੇ, ਦੱਸਦੇ ਨੇ ਤੇ ਸ਼ੁੱਧ ਗੁਰਬਾਣੀ ਕਿਵੇਂ ਪੜ੍ਹਨੀ ਉਹ ਵੀ ਦੱਸਦੇ ਨੇ। ਬੜੀ ਗੁਰੂ ਸਾਹਿਬ ਦੀ ਕਿਰਪਾ ਵਿਰਲੇ ਦੇ ਸੀ ਉਹਦੀ, ਤੁਹਾਨੂੰ ਪਤਾ ਕਿ ਆਪਾਂ ਗ੍ਰਿਸ਼ਤੀ ਹਾਂ, ਪਰ ਫਿਰ ਵੀ ਉਹ ਮੱਦੇ ਨਜ਼ਰ ਨਹੀਂ ਰੱਖਦੇ ਗੱਲ ਤੋਂ, ਬਿਲਕੁਲ ਪੂਰਾ ਦਿਨ ਰਾਤ ਵੀ ਬਿਲਕੁਲ ਜਦੋਂ ਫੋਨ ਕਰੀਦਾ ਬੜੇ ਬਿਜ਼ੀ ਰਹਿੰਦੇ ਨੇ। ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਕਿ ਮੇਰੇ ਵੀਰ ਨੂੰ ਹੋਰ ਵੀ ਚੜ੍ਹਦੀ ਕਲਾ ਦਾਤ ਬਖਸ਼ਣ, ਇਹ ਗੁਰਬਾਣੀ ਦਾ ਭੰਡਾਰਾ ਘਰ ਘਰ ਦੇ ਵਿੱਚ ਹੋਵੇ। ਅੱਜ ਆਪਾਂ ਗੱਲ ਕਰਾਂਗੇ ਉਸ ਮਹਾਨ ਪਹਿਲੇ ਸ਼ਹੀਦ ਦੀ ਜਿਹਨੂੰ ਭੱਟ ਸਾਹਿਬਾਂ ਕਹਿਣ, ਭੱਟ ਸਾਹਿਬਾਨ ਕਹਿੰਦੇ ਹਨ, ਜਬ ਲਾਉਣੀ ਭਾਗ ਲਾਰ ਦੇ ਤਬ ਲਾਓ ਭਰਮਤੇ ਫਿਰਤੇ ਬੋਧਾਇਓ, ਕੱਲ ਕੋਰ ਸਮੁੰਦਰ ਮੈਂ ਬੋਲ ਉੱਤੇ ਕੋ ਮਿਟਾ ਨਹਿਰੇ ਪਛਤਾਇਓ, ਤਤ ਵਿਚਾਰ ਜੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰ ਬਣਾਇਓ, ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰ ਬਣਾਇਓ। ਐਸੇ ਦੀਨ ਦਿਆਲ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸਿੱਟ ਲੱਗ ਪਏ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਨੇ ਸਾਡੇ ਵਾਸਤੇ ਗੁਰਬਾਣੀ ਦਾ ਭੰਡਾਰਾ ਤਿਆਰ ਕਰਕੇ ਸਾਡੇ ਕਿਹਾ, ਜੇ ਗੁਰੂ ਅਰਜਨ ਪਾਤਸ਼ਾਹ ਸਾਡੇ ਤੇ ਕਿਰਪਾ ਨਾ ਕਰਦੇ ਇਹ ਪਤਾ ਨਹੀਂ ਸੀ ਅੱਜ ਸਾਡੇ ਸੰਸਾਰ ਦੇ ਕੀ ਹਾਲਾਤ ਹੋਣ।
ਇਸ ਸਭ ਦਾ ਸਾਂਝਾ ਗ੍ਰੰਥ ਹੈ। ਚਲੋ ਠੀਕ ਹੈ, ਲੋਕ ਕਹਿੰਦੇ ਨੇ ਸਿੱਖਾਂ ਦਾ ਗ੍ਰੰਥ ਹੈ, ਪਰ ਸਿਆਣੇ ਸੂਝਵਾਨ ਦੂਜੇ ਧਰਮਾਂ ਵਾਲੇ ਵੀ ਕਹਿੰਦੇ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਦੇ ਸਾਂਝੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ। ਔਰ ਗੁਰਬਾਣੀ ਵਿੱਚ ਜੋ ਮਤਲਬ ਕਿ ਉਪਦੇਸ਼ ਹੈ, ਸਭ ਨੂੰ ਸਾਂਝਾ ਉਪਦੇਸ਼ ਹੈ, ਇਕੱਲੇ ਸਿੱਖਾਂ ਨੂੰ ਉਪਦੇਸ਼ ਨਹੀਂ ਹੈਗਾ, ਸਭ ਨੂੰ ਸਾਂਝਾ ਉਪਦੇਸ਼ ਹੈ। ਮੈਂ ਗਿਆਨੀ ਅੰਮ੍ਰਿਤਪਾਲ ਸਿੰਘ ਨੂੰ ਬੇਨਤੀ ਕਰਾਂਗਾ ਕਿ ਸਰਬੱਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੱਖ ਪਰਿਵਾਰੀ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਔਰ ਸੱਚ ਦੀ ਆਵਾਜ਼ ਉਠਾਉਣ ਵਾਲੀ ਕੌਮ, ਸੱਚ ਹਰ ਟਾਈਮ ਸੱਚ ਤੇ ਗੱਲ ਕਰਨ ਵਾਲੀ ਕੌਮ, ਤੇ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸ਼ਹੀਦੀ ਦਾ ਮੁੱਢ ਕਿਵੇਂ ਬੱਝਾ ਔਰ ਕਿਵੇਂ ਸ਼ਹੀਦ ਹੋਈ, ਕੀ ਗੱਲਬਾਤ ਹੋਈ, ਇਹ ਤਾਂ ਸੰਗਤਾਂ ਨਾਲ ਜ਼ਰੂਰ ਤੁਸੀਂ ਚਾਨਣਾ ਪਾਓ ਜੀ। ਹਾਂਜੀ ਸਰਦਾਰ ਜਸਵਿੰਦਰ ਸਿੰਘ ਜੀ, ਦੇਖੋ ਤੁਸੀਂ ਬੜਾ ਆਪ ਹੀ ਸਪਸ਼ਟ ਕਰ ਦਿੱਤਾ ਕਿ ਗੁਰੂ ਨਾਨਕ ਦਾ ਘਰ ਜਿਹੜਾ ਸਰਬੱਤ ਦਾ ਭਲਾ ਮੰਗਦਾ ਵੈ, ਸੱਚ ਦਾ ਪ੍ਰਚਾਰ ਕਰਦਾ ਹੈ। ਬਿਲਕੁਲ, ਤੇ ਵਿਰੋਧ ਤਾਂ ਹੋਣੀ ਸੁਭਾਵਕ ਸੀ, ਜਿਹੜੇ ਕੂੜੇ ਲੋਕ ਨੇ, ਝੂਠੇ ਲੋਕ ਨੇ, ਉਹਨਾਂ ਨੂੰ ਸੱਚ ਚੁਭਦਾ ਹੁੰਦਾ ਹੈ। ਬਿਲਕੁਲ, ਔਰ ਜਦੋਂ ਉਹਨਾਂ ਨੂੰ ਸੱਚ ਚੁਭਦਾ ਤੇ ਫਿਰ ਉਹ ਉਸ ਸੱਚ ਦੇ ਖਿਲਾਫ ਵੀ ਕੋਈ ਨਾ ਕੋਈ ਐਕਸ਼ਨ ਲੈਂਦੇ ਨੇ। ਹਾਂਜੀ, ਜਿਹੜੀਆਂ ਗੱਦੀਆਂ ਬਿਲਕੁਲ ਸ਼ਾਂਤੀ ਨਾਲ ਚੱਲਦੀਆਂ ਨੇ, ਆਪਣੇ ਲੋਕ ਉਹ ਗੱਦੀਦਾਰ ਪੂਜਾ ਕਰਾਉਂਦੇ ਨੇ, ਉਹ ਤਾਂ ਬੜੇ ਸੋਹਣੇ ਚੱਲਦੇ ਨੇ, ਉਹਨਾਂ ਦੇ ਡੇਰੇ ਬੜੇ ਸੋਹਣੇ ਚੱਲਦੇ ਨੇ, ਪਰ ਜਦੋਂ ਕੋਈ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦਾ ਹੈ, ਸੱਚ ਬੋਲਦਾ ਹੈ, ਉਦੋਂ ਸਾਰੀ ਦੁਨੀਆ ਉਹਦੇ ਖਿਲਾਫ ਹੋ ਜਾਂਦੀ ਹੁੰਦੀ ਹੈ। ਸਾਧਾ ਸੰਤਾਂ ਵਿੱਚੋਂ ਦੇਖ ਲਓ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜਦੋਂ ਆਵਾਜ਼ ਸੱਚ ਦੀ ਉਠਾਈ ਤੇ ਉਦੋਂ ਸਾਰੇ ਦੁਸ਼ਮਣ ਹੋ ਗਏ, ਪਰ ਜਿੰਨੇ ਸਾਧ ਸੰਤ ਅੱਜ ਪੰਜਾਬ ਦੀ ਧਰਤੀ ਤੇ ਬੈਠੇ ਨੇ, ਕੋਈ ਸੱਚ ਬੋਲਣ ਨੂੰ ਤਿਆਰ ਨਹੀਂ, ਉਹਨਾਂ ਦਾ ਕੋਈ ਦੁਸ਼ਮਣ ਨਹੀਂ, ਉਹ ਆਪਣੀ ਪੂਜਾ ਕਰਾ ਰਹੇ ਨੇ। ਗੁਰੂ ਨਾਨਕ ਦੇ ਘਰ ਨੇ ਸੱਚ ਬੋਲਣਾ ਸ਼ੁਰੂ ਕੀਤਾ, ਸੱਚ ਦਾ ਪ੍ਰਚਾਰ ਸ਼ੁਰੂ ਕੀਤਾ, ਬਸ ਇਸ ਤਰ੍ਹਾਂ ਕਹਿ ਲਓ ਵੀ ਗੁਰਜਨ ਦੇ ਪਾਤਸ਼ਾਹ ਦੀ ਸ਼ਹੀਦੀ ਦਾ ਮੁੱਢ ਉਸੇ ਦਿਨ ਹੀ ਬੱਝ ਗਿਆ ਸੀ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਸੱਚ ਬੋਲਿਆ ਸੀ ਕਿ ਇਨਸਾਨ ਗੁਰੂ ਨਹੀਂ ਹੈ, ਗਿਆਨ ਗੁਰੂ ਹੈ। ਵਾਹ ਵਾਹ, ਜਦੋਂ ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਲੱਗੇ ਤੇ ਪੰਡਿਤ ਹਰਦਿਆਲ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਅਸੀਂ ਤੈਨੂੰ ਗੁਰੂ ਨਹੀਂ ਮੰਨਣਾ। ਹਾਲਾਂਕਿ ਭਗਤਾਂ ਨੇ ਪਹਿਲਾਂ ਕਹਿ ਦਿੱਤਾ ਹੈ, ਭਗਤ ਕਬੀਰ ਜੀ ਨੇ ਬੜਾ ਸਪਸ਼ਟ ਕਹਿ ਦਿੱਤਾ, ਕਬੀਰ ਬ੍ਰਾਹਮਣ ਗੁਰੂ ਹੈ, ਭਗਤ ਨਹੀਂ। ਦੁਨੀਆ ਦਾ ਗੁਰੂ ਹੋ ਸਕਦਾ ਬ੍ਰਾਹਮਣ, ਪਰ ਭਗਤਾਂ ਦਾ ਨਹੀਂ ਹੋ ਸਕਦਾ, ਸਾਡਾ ਨਹੀਂ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮੈਂ ਤੈਨੂੰ ਗੁਰੂ ਨਹੀਂ ਮੰਨਦਾ, ਤੇ ਉਹਨੇ ਸਵਾਲ ਕੀਤਾ ਹੀ ਹੋਏਗਾ ਵੀ ਫਿਰ ਤੁਹਾਡਾ ਗੁਰੂ ਕੌਣ? ਕਹਿਣ ਲੱਗੇ ਸ਼ਬਦ, ਜਿਹਨੂੰ ਸਿੱਧਾਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਨੇ ਬਾਣੀ ਚ ਕਹਿ ਦਿੱਤਾ ਸੀ, ਸ਼ਬਦ ਗੁਰੂ ਸੁਰਤ ਉਚੇਲਾ। ਬਿਲਕੁਲ, ਜਿਸ ਦਿਨ ਗੁਰੂ ਨਾਨਕ ਨੇ ਕਹਿ ਦਿੱਤਾ ਨਾ ਸਾਡਾ ਗੁਰੂ ਸ਼ਬਦ ਹੈ, ਦੀ ਸ਼ਹੀਦੀ ਦਾ ਮੁੱਢ ਉਜਿਆ ਗਿਆ, ਕਿਉਂਕਿ ਅੱਜ ਗੱਦਾ ਆ ਗਿਆ। ਉਸ ਰਾਤ ਪੰਡਿਤ ਹਰਦਿਆਲ ਜੀ ਚੈਨ ਦੀ ਸ਼ਾਂਤੀ ਦੀ ਨੀਂਦ ਸੁੱਤੇ ਨਹੀਂ ਆਉਣਗੇ, ਕਿ ਅੱਜ ਤੱਕ ਕਿਸੇ ਨੇ ਚੈਲੰਜ ਨਹੀਂ ਸੀ ਕੀਤਾ ਕਿ ਬ੍ਰਾਹਮਣ ਗੁਰੂ ਨਹੀਂ ਹੋ ਸਕਦਾ। ਅੱਜ ਪਹਿਲਾ ਬਾਬਾ ਨਾਨਕ ਐਸਾ ਜੀ ਨੇ ਚੈਲੰਜ ਕਰ ਦਿੱਤਾ ਵੀ ਗੁਰੂ ਸ਼ਬਦ ਹੈ, ਗੁਰੂ ਗਿਆਨ ਹੈ, ਗੁਰੂ ਜਿਹੜਾ ਬਾਣੀ ਹੈ। ਉਸ ਤੋਂ ਬਾਅਦ ਆਏ ਦਿਨ ਵਿਪਰਵਾਦ ਨੇ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ। ਗੁਰੂ ਸਾਹਿਬ ਨੇ ਕਿਉਂ ਕਿਹਾ? ਯਾਦ ਰੱਖਿਓ, ਸਾਡੀ ਕਿਸੇ ਜਾਤੀ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਭਾਵੇਂ ਉਹ ਕਿਸੇ ਵੀ ਜਾਤੀ ਦਾ ਹੈ, ਸਾਡੀ ਵਿਰੋਧ ਤਾਂ ਕਿਸੇ ਨਾਲ ਨਹੀਂ, ਸਾਡੀ ਵਿਰੋਧ ਤਾਂ ਹੈਗੀ ਕਰਮ ਕਾਂਡਾਂ ਨਾਲ, ਪਖੰਡਾਂ ਨਾਲ। ਉਹਨੇ ਬਹੁਤ ਸਾਰੇ ਪਖੰਡ ਫੈਲਾਏ ਹੋਏ ਸਨ, ਐਸੇ ਐਸੇ ਪਖੰਡ ਕਿ ਪਸ਼ੂਆਂ ਦੀ ਤੇ ਪੂਜਾ ਕਰਾਈ, ਪੱਥਰਾਂ ਦੀ ਪੂਜਾ ਕਰਾਈ, ਪਹਾੜਾਂ ਦੀ, ਦਰਿਆਵਾਂ ਦੀ ਪੂਜਾ ਕਰਾਈ, ਮੁਰਦਿਆਂ ਦੀ ਪੂਜਾ ਕਰਾਈ, ਪੈਸੇ ਦੀ ਪੂਜਾ ਕਰਾਈ, ਇੱਥੋਂ ਤੱਕ ਕਿ ਤੇ ਔਰਤ ਦੇ ਅੰਗਾਂ ਦੀ ਪੂਜਾ ਤੱਕ ਕਰਾ ਦਿੱਤੀ, ਪਰ ਇਨਸਾਨਾਂ ਨੂੰ ਦੁਰਕਾਰਿਆ ਗਿਆ, ਸ਼ੂਦਰ ਕਹਿ ਕੇ ਦੁਰਕਾਰਿਆ, ਇਸਤਰੀ ਜਾਤੀ ਨੂੰ ਬੇਪਤ ਕੀਤਾ ਗਿਆ, ਦੁਰਕਾਰਿਆ ਗਿਆ, ਉਹਨਾਂ ਨੂੰ ਗੋ ਗੋਬਰ ਗੋ ਮੂਤਰ ਇਹ ਚੀਜ਼ਾਂ ਖਾਣ ਤੇ ਮਜ਼ਬੂਰ ਕੀਤਾ, ਇਹ ਸਾਰਾ ਕੁਛ ਹੋਇਆ। ਔਰਤਾਂ ਤੇ ਜ਼ੁਲਮ ਕੀਤੇ ਗਏ, ਸ਼ੂਦਰ ਦੇ ਕੰਨ ਵਿੱਚ ਵੇਦ ਮੰਤਰ ਗਿਆ ਤੇ ਉਹਦੇ ਕੰਨਾਂ ਚ ਸਿੱਕਾ ਕੇ ਪਾ ਦਿੱਤਾ, ਕਹਿ ਦਿੱਤਾ ਸ਼ੂਦਰ ਨੇ ਤੁਸੀਂ ਜਵਾ ਦਿੱਤੀ, ਉਹ ਧਰਮ ਸਥਾਨ ਤੇ ਗਿਆ ਤੇ ਹੱਥ ਪੈਰ ਵਢਵਾ ਦਿੱਤੇ, ਇੰਨਾ ਕੁਛ ਕੀਤਾ ਗਿਆ। ਤੇ ਸੁਭਾਵਕ ਗੁਰੂ ਸਾਹਿਬ ਨੇ ਹੁਣ ਜਿਸ ਗੁਰੂ ਨਾਨਕ ਦੇ ਘਰ ਰੋਜ਼ ਸਵੇਰੇ ਉੱਠ ਕੇ ਇਹ ਕਿਹਾ ਜਾਂਦਾ ਹੋਵੇ ਕਿ ਇਹ ਜਗਤ ਦਾ ਕਸਾਈ ਹੈ, ਹੁਣ ਸੁੱਖ ਦੀ ਨੀਂਦ ਕਿਵੇਂ ਸੋਏਗਾ? ਉਹ ਰੋਜ਼ ਆਸਾ ਕੀ ਵਾਰ ਵਿੱਚ ਸਿੱਖ ਪੜਦੇ ਨੇ, ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ, ਜਗਤ ਕਸਾਈ। ਹੁਣ ਵਿਪਰ ਦੀ ਗੱਲ ਸੀ ਇਹ। ਗੁਰੂ ਸਾਹਿਬ ਨੇ ਕੀ ਕੀਤਾ? ਉਹਨਾਂ ਸ਼ੂਦਰਾਂ ਲਤਾੜੇ ਹੋਏ ਲੋਕਾਂ ਨੂੰ ਆਪਣੇ ਗਲੇ ਨਾਲ ਲਾਇਆ, ਜਾਤ ਪਾਤ ਦੇ ਖਿਲਾਫ ਹੋਕਾ ਦਿੱਤਾ ਕਿ ਇੱਥੇ ਕੋਈ ਊਚ ਨਹੀਂ, ਕੋਈ ਨੀਚ ਨਹੀਂ, ਇੱਥੇ ਤੇ ਏਕ ਪਿਤਾ ਇੱਕ ਸੇਹ ਮੁਬਾਰਕ। ਹੁਣ ਜਾਤ ਪਾਤ ਦੇ ਉੱਪਰ ਚੋਟ ਵੱਜੀ, ਸ਼ੂਦਰਾਂ ਨੂੰ ਬਰਾਬਰ ਗਲੇ ਲਗਾਇਆ, ਕਰਮ ਕਾਂਡਾਂ ਤੋਂ ਵਰਜਿਆ ਵੀ ਕੁਦਰਤ ਦੀ ਪੂਜਾ ਛੱਡ ਕੇ ਕਰਤੇ ਨਾਲ ਜੁੜੋ। ਬਿਲਕੁਲ, ਚੀਜ਼ਾਂ ਦੀ ਪੂਜਾ ਛੱਡ ਕੇ ਜਿਹੜਾ ਮਾਲਕ ਹੈ ਉਹਦੇ ਨਾਲ ਜੁੜੋ,
ਸੁਭਾਵਕ ਜਾਤ ਪਾਤ ਖਤਮ ਕੀਤੀ, 36 ਪ੍ਰਕਾਰ ਦੀਆਂ ਪੂਜਾ ਤੋੜ ਕੇ ਇੱਕ ਅਕਾਲ ਪੁਰਖ ਦੀ ਪੂਜਾ ਨਾਲ ਜੋੜਿਆ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਇਹ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਸੀ ਬ੍ਰਾਹਮਣ ਦੀ। ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਪਹਿਲਾ ਕਾਰਨ ਬ੍ਰਾਹਮਣਾਂ ਵੱਲੋਂ ਸ਼ਿਕਾਇਤਾਂ ਲਾਈਆਂ ਜਾਂਦੀਆਂ ਰਹੀਆਂ। ਹਾਂਜੀ ਹਾਂਜੀ, ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਤੱਕ ਬਾਦਸ਼ਾਹ ਨੂੰ ਬਕਾਇਦਾ ਸ਼ਿਕਾਇਤਾਂ ਜਾਂਦੀਆਂ ਰਹੀਆਂ ਕਿ ਇਹਨਾਂ ਨੇ ਜਾਤ ਪਾਤ ਦੇ ਖਿਲਾਫ ਇੱਕ ਨਵਾਂ ਮਤ ਖੜਾ ਕੀਤਾ ਹੈ, ਇਹਨਾਂ ਨੇ ਇਸ ਨੂੰ ਧਰਮ ਦੇਣਾ ਸ਼ੁਰੂ ਕਰ ਦਿੱਤਾ ਹੈ, ਇਹਨਾਂ ਨੇ ਆਹ ਕੀਤਾ ਹੈ, ਉਹ ਕੀਤਾ ਹੈ। ਸੁਭਾਵਕ ਉਹਨਾਂ ਦੀਆਂ ਮਾਨਤਾਵਾਂ ਜਿਹੜੀਆਂ ਰੱਦ ਹੋਈਆਂ ਤੇ ਪਹਿਲਾ ਜਿਹੜਾ ਕਾਰਨ ਉਹ ਵਿਪਰਵਾਦ ਹੈ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ। ਠੀਕ ਹੈ, ਅੱਛਾ ਜੀ, ਇਹ ਅੰਮ੍ਰਿਤਪਾਲ ਸਿੰਘ ਜੀ ਹੈ ਤੇ ਹੈ, ਚਲੋ ਆਪਾਂ ਇਸਨੂੰ ਯਾਦ ਕਰਨੇ ਆ। ਸੰਗਤ ਜੀ, ਮੈਂ ਦੱਸਦਾ ਜਾਵਾਂ ਕਿ ਅੱਜ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸ਼ਹੀਦੀ ਨੂੰ ਆਪਾਂ ਵਿਚਾਰਾਂਗੇ ਕਿਸ ਤਰ੍ਹਾਂ ਹੋਈ, ਕੀ ਕਾਰਨ ਸਨ, ਉਸੇ ਗੱਲਬਾਤ ਕਰਾਂਗੇ। ਸੰਗਤ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਜੋ ਮਾਤਾ ਜੀ ਨੇ ਐਡੇ ਸਤਿਕਾਰਯੋਗ ਬੀਬੀ ਭਾਨੀ ਜੀ ਤੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਔਰ ਦੇਖੋ ਬੀਬੀ ਭਾਨੀ ਜੀ ਦੇ ਪਿਤਾ ਗੁਰੂ ਅਮਰਦਾਸ ਜੀ ਗੁਰੂ ਜੀ, ਔਰ ਪਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ, ਔਰ ਪੁੱਤਰ ਗੁਰੂ ਅਰਜਨ ਪਾਤਸ਼ਾਹ ਜੀ ਗੁਰੂ, ਔਰ ਪੋਤਰਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰੂ, ਔਰ ਪਰਪੋਤਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ, ਨਪੋਤਰਾ ਗੁਰੂ ਹਰ ਰਾਏ ਪਾਤਸ਼ਾਹ ਜੀ ਗੁਰੂ। ਕੈਸੀ ਅਲ ਚੱਲੀ ਬੀਬੀ ਭਾਨੀ, ਕੈਸੀ ਕਰਮਾਂ ਵਾਲੀ ਏ। ਔਰ ਹੁਣ ਦੂਜੇ ਜਿਹੜੇ ਇਸ ਵੇਲੇ ਪੁੱਤਰ ਨੇ ਗੁਰਗੱਦੀ ਤੇ ਬੈਠੇ ਨੇ, ਕਿੱਦਾਂ ਸ਼ਾਦੀ, ਆਪਾਂ ਇਸ ਤੇ ਗੱਲਬਾਤ ਕਰਾਂਗੇ। ਭਾਈ ਅੰਮ੍ਰਿਤਪਾਲ, ਜਿਹੜੀ ਤੁਸੀਂ ਕਿਹਾ ਵਿਪਰਵਾਦ ਨੇ ਬਹੁਤ ਸ਼ਿਕਾਇਤਾਂ, ਇਹਦਾ ਕੋਈ ਸਬੂਤ ਮਿਲ ਸਕਦਾ? ਬਿਲਕੁਲ ਜੀ, ਇਹਦਾ ਸਬੂਤ ਹੈ। ਜਦੋਂ ਅਕਬਰ ਬਾਦਸ਼ਾਹ ਦਾ ਜ਼ਮਾਨਾ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ ਹੋਏ ਸਨ, ਉਦੋਂ ਇੱਕ ਲੰਮੀ ਚੌੜੀ ਲਿਸਟ ਸ਼ਿਕਾਇਤਾਂ ਦੀ ਲਿਖ ਕੇ ਵਿਸਥਾਰ ਸਹਿਤ ਅਕਬਰ ਬਾਦਸ਼ਾਹ ਨੂੰ ਭੇਜੀ ਗਈ ਸੀ। ਉਹਦੇ ਵਿੱਚ ਲਿਖਿਆ ਸੀ ਵੀ ਦੇਖੋ, ਇਹਨਾਂ ਨੇ ਜੀ ਲੰਗਰ ਲਾਣਾ ਸ਼ੁਰੂ ਕਰ ਦਿੱਤਾ ਤੇ ਲੰਗਰ ਦੇ ਵਿੱਚ ਊਚ ਨੀਚ ਸਾਰੇ ਬਰਾਬਰ ਬਹਿੰਦੇ ਨੇ, ਇਹਨਾਂ ਨੇ ਜਾਤ ਵੰਡ ਵਰਨ ਵੰਡ ਨੂੰ ਰੱਦ ਕਰ ਦਿੱਤਾ ਹੈ। ਦੂਜੀ ਗੱਲ, ਇਹਨਾਂ ਨੇ ਜੀ ਹੁਣ ਸਰੋਵਰ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਉਹਦੇ ਚ ਸਾਰੇ ਰਲ ਕੇ ਇਸ਼ਨਾਨ ਕਰਦੇ ਨੇ, ਕੋਈ ਊਚ ਨੀ ਦੇਖਦਾ, ਕੋਈ ਨੀਚ ਨੀ ਦੇਖਦਾ। ਇਹਨਾਂ ਨੇ ਜਾਤ ਪਾਤ ਦੇ ਉੱਪਰ ਇੱਕ ਚੋਟ ਮਾਰੀ ਹੈਗੀ ਹੈ। ਇਹਨਾਂ ਨੇ ਲੰਗਰ ਕਿਉਂ ਸ਼ੁਰੂ, ਇਹਨਾਂ ਨੇ ਸਰੋਵਰ ਕਿਉਂ ਸ਼ੁਰੂ ਕੀਤਾ, ਇਹਨਾਂ ਨੇ ਸਾਡੇ ਦੇਵੀ ਦੇਵਤਿਆਂ ਦੀ ਮਾਨਤਾ ਰੱਦ ਕਰਕੇ ਇਹ ਕਹਿੰਦੇ ਨੇ ਵੀ ਪਸ਼ੂਆਂ ਦੀ ਪੂਜਾ ਨਾ ਕਰੋ, ਪੱਥਰਾਂ ਪਹਾੜਾਂ ਦੀ ਰੁੱਖ ਦੀ ਪੂਜਾ ਨਾ ਕਰੋ, ਮਾਂ ਦੀ ਪੂਜਾ ਨਾ ਕਰੋ, ਸੂਰਜ ਚੰਦਰਮਾ ਦੀ ਪੂਜਾ ਨਾ ਕਰੋ, ਇੱਕ ਅਕਾਲ ਪੁਰਖ ਦੀ ਪੂਜਾ ਕਰੋ। ਇਹਨਾਂ ਨੇ ਸਾਡੇ ਦੇਵੀ ਦੇਵਤਿਆਂ ਕੀਤਾ ਇਹ ਚੋਰੀ ਸ਼ਿਕਾਇਤਾਂ ਦੀ ਲਿਸਟ ਜਿਹੜੀ ਨਾ ਅਕਬਰ ਬਾਦਸ਼ਾਹ ਨੂੰ ਭੇਜੀ ਸੀ। ਬਕਾਇਦਾ ਬਾਦਸ਼ਾਹ ਵੱਲੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ ਸੁਨੇਹਾ ਆਇਆ ਸੀ ਵੀ ਤੁਹਾਡੇ ਬਾਰੇ ਸ਼ਿਕਾਇਤਾਂ ਆਈਆਂ ਨੇ, ਜਵਾਬ ਦਿਓਗੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਜੇਠਾ ਜੀ ਨੂੰ ਦਸ ਪਾਤਸ਼ਾਹ ਬਣੇ, ਭਾਈ ਜੇਠਾ ਜੀ ਨੂੰ, ਭਾਈ ਬੁੱਲਾ ਜੀ ਨੂੰ, ਬਾਬਾ ਬੁੱਢਾ ਜੀ ਨੂੰ ਤੇ ਭਾਈ ਕਲੀ, ਇਹਨਾਂ ਚਾਰ ਜਣਿਆਂ ਨੂੰ ਭੇਜਿਆ ਸੀ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਇਹ ਜਿਹੜੀ ਸ਼ਿਕਾਇਤਾਂ ਆਈਆਂ ਨੇ ਉਹਨਾਂ ਦਾ ਜਵਾਬ ਦੇ ਕੇ ਆਓ। ਜਦੋਂ ਬਾਬਾ ਬੁੱਢਾ ਜੀ, ਭਾਈ ਜੇਠਾ ਜੀ, ਭਾਈ ਬੁੱਲਾ ਜੀ ਤੇ ਭਾਈ ਕਦਾਰੀ ਜੀ, ਇਹਨਾਂ ਨੇ ਜਾ ਕੇ ਦੱਸਿਆ ਕਿ ਅਕਾਲ ਪੁਰਖ ਇੱਕ ਹੈ, ਅਸੀਂ ਇੱਕ ਦੀ ਸਿਫਤ ਕਰਦੇ ਹਾਂ, ਹਰ ਚੀਜ਼ ਨੂੰ ਅਸੀਂ ਰੱਬ ਨਹੀਂ ਮੰਨੇ ਜਾਂਦੇ। ਦੂਸਰੀ ਗੱਲ, ਊਚ ਨੀਚ ਨੂੰ ਖਤਮ ਕਰਕੇ ਰੱਬ ਸਾਡਾ ਪਿਤਾ ਹੈ, ਅਸੀਂ ਸਾਰੀ ਉਹਦੀ ਖਲਕਤ ਔਲਾਦ ਹਾਂ। ਜਦੋਂ ਗੁਰਮੁਖ ਦਾ ਸਿਧਾਂਤ ਸਾਹਮਣੇ ਰੱਖਿਆ ਤੇ ਅਕਬਰ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ ਸੀ। ਇੱਥੇ ਬਸ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਫਿਰ ਸ਼ਿਕਾਇਤਾਂ ਲਾਣ ਦੇ ਵਿੱਚ ਇਹ ਅੱਗੇ ਸਨ। ਬ੍ਰਾਹਮਣਾਂ ਨੇ ਬਹੁਤ ਸਾਰੇ ਸ਼ਿਕਾਇਤਾਂ, ਇਹ ਵੀ ਯਾਦ ਰੱਖਿਓ, ਬਾਦਸ਼ਾਹ ਸਿਰਫ ਉਹਨੇ ਸੁਣਿਆ ਹੀ ਨਹੀਂ ਸੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਜੇਠਾ ਜੀ ਤੋਂ ਕਿ ਸਿੱਖੀ ਬੜੀ ਮਹਾਨ ਹੈ, ਉਹ ਇਹ ਗੱਲ ਚੈੱਕ ਕਰਨ ਆਇਆ ਸੀ ਆਪ। ਅਕਬਰ ਬਾਦਸ਼ਾਹ ਆਪ ਫਿਰ ਆਇਆ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ, ਉਹਨੇ ਚੈੱਕ ਆ ਕੇ ਕੀਤਾ ਵੀ ਵਾਕਈ ਇੱਥੇ ਤੇ ਸਾਰੇ ਬਰਾਬਰ ਬਹਿ ਕੇ ਲੰਗਰ ਛਕ ਰਹੇ ਨੇ। ਅਕਬਰ ਬਾਦਸ਼ਾਹ ਵੀ ਪੰਗਤ ਚ ਬੈਠ ਕੇ ਆਮ ਲੋਕਾਂ ਦੇ ਵਿੱਚ ਬਹਿ ਕੇ ਉਹਨੇ ਲੰਗਰ ਛਕਿਆ ਤੇ ਇੰਨਾ ਹੋਇਆ ਕਿ ਅੱਜ ਇਦਾਂ ਮਹਿਸੂਸ ਹੁੰਦਾ ਕਿ ਮੈਂ ਨਹੀਂ ਆ, ਸਾਰੀ ਦੁਨੀਆਂ ਦੇ ਪਰਿਵਾਰ ਦਾ ਮੈਂ ਵੀ ਇੱਕ ਮੈਂਬਰ ਹਾਂ, ਸਾਰੀ ਦੁਨੀਆਂ ਮੇਰਾ ਬਾਰ ਹੈ। ਬਿਲਕੁਲ, ਇੱਥੋਂ ਤੱਕ ਉਹਨੇ ਕਿਹਾ ਸੀ ਇੰਨਾ ਗੁਰੂ ਨਾਨਕ ਦੇ ਘਰ ਤੋਂ ਲੰਗਰ ਤੋਂ ਕਿਹਾ ਤੇ ਗੁਰੂ ਅਮਰਦਾਸ ਪਾਤਸ਼ਾਹ ਅਕਬਰ ਬਾਦਸ਼ਾਹ, ਇਹ ਗੁਰੂ ਨਾਨਕ ਦੀ ਕਿਰਤੀ, ਸਿੱਖਾਂ ਦੇ ਪੈਸੇ ਦੇ ਨਾਲ ਲੰਗਰ ਚਲਾਏ ਜਾ ਸਕਦੇ ਨੇ, ਸ਼ਾਹੀ ਇਹ ਕਿਸੇ ਬੰਦੇ ਦਾ ਲੰਗਰ ਨਹੀਂ ਹੈ, ਇਹ ਅਕਾਲ ਪੁਰਖ ਦਾ ਤੇ ਗੁਰੂ ਨਾਨਕ ਦਾ ਲੰਗਰ ਹੈ। ਹਾਂ, ਜੇ ਤੂੰ ਮਦਦ ਕਰਨੀ ਚਾਹੁੰਦਾ ਹੈ ਤੇ ਆਪਣੇ ਰਾਜ ਦੇ ਵਿੱਚ ਚਨੀਚ ਦਾ ਭੇਦਭਾਵ ਖਤਮ ਕਰ, ਜਿਹੜੇ ਜਰ ਨੇ ਉਹਨਾਂ ਦੇ ਮਾਲੀਏ ਮੁਆਫ ਕਰ, ਜਾਂ ਪੰਜਾਬ ਦੀ ਧਰਤੀ ਤੇ ਜਾਂ ਭਾਰਤ ਦੀ ਧਰਤੀ ਤੇ ਤੂੰ ਸੱਚ ਦਾ ਤੇ ਇਨਸਾਫ਼ ਦਾ ਪ੍ਰਚਾਰ ਕਰ,
वो अपने राजे होने के करतव पूरे कर जे तू कुछ करना चाहना वे। खैर उदो गुरु अर्जन के पातशाह के समय तुम हैरानी होगी, एक तुसी ना सुनिया होगा बीरबल। हाँ जी बीरबल के चुटकले बड़े मशहूर ने बहुत जी अकबर ते बीरबल दे। हाँ जी हाँ जी हुण बीरबल अकबर दे नेड़े सी। बीरबल पता कौन है तुहानू उहदे बारे थोड़ा जिहा बैकग्राउंड मैं दस देवां। बिल्कुल 1528 सन च पैदा होने वाली यह जिहड़ी चीज है ना हाँ जी इहदा नाम सी महेश दास। बिल्कुल हाँ जी और कट्टड़ शुद्ध खालस ब्राह्मण है। हाँ जी 1562 दे विच जयपुर के राजे भगवान दास की भतीजी जड़ी है वो हिंदू जात अभिमान का सिर नीवा करके अकबर नाल व्याही गई सी। ते राजे ने अपनी भतीजी के दाज के विच बहुत कुछ दिता उहदे विच बीरबल महेश दास ये मस्खरा सी एक है। ठीक है हाँ ये दाज विच गया सी जिवें पुराने जमाने राजे विच दाज विच मस्खरे आंदे हुंदे सन ते हसांदे हुंदे सी जिहनूं असीं जोकर कह लईए इंग्लिश दे विच। हाँ जी हाँ ये जोकर एक सी ते अकबर दे दाज विच आया सी। इहदा काम सी अकबर नूं खुश करना हसाना। खालस शुद्ध ब्राह्मण सी महेश दास इहदा नाम बाद विच इहदा नाम बीरबल रख्या गया सी। हुण इह बादशाह दे बड़ा नेड़े सी ते हाजिर सो बड़ा सी तेज दिमाग बड़ा सी ब्राह्मण सन। उहनां ने महेश दास तक बीरबल तक पहुंच कीती वी तूं अकबर दे नेड़े है ते साडा हीला वसीला कर किसे तरीके गुरु अर्जन देव पातशाह नूं खत्म कर दईए किसे तरीके गुरु नानक दे घर नूं बंद करा दईए। महेश दास ने बड़िया शिकायतां लाईआं अकबर बादशाह नूं जिहड़ा सी बीरबल कहने आ। बीरबल मस्करा गुरु नानक दे घर दा कट्टड़ विरोधी सी ते इहने गुरु अर्जन देव पातशाह दे खिलाफ बहुत सारियां शिकायतां लगाईआं। याद रखियो दुबारा फिर अकबर बादशाह आया सी गोविंदवाल साहब की धरती से। पंचम पातशाह भी उदो उत्थे पहुंचे सन ते ये पंचम पातशाह जी नूं गोविंदवाल साहब की धरती से मिलिया सी। इन्हें सोचा भी शायद गुरु अमरदास पातशाह तो बाद जिहड़े अगले गुरु ने हो सकता है भी कुछ इस तरह का होवे। वो दोबारा चेक करन आया ते पंचम पातशाह जी के दर्शन करके बड़ा प्रभावित होया ते नतमस्तक हो के हाथ जोड़ के मथा टेके गया सी। साडे इतिहास दीआं गवाहीआं ने समय समय ब्राह्मण बादशाह नूं शिकायतां लगांदे रहे। बादशाह अकबर ने दो बार चेक किया सिख ते गुरु साहिबान जवाब दिंदे रहे। आखिर इन्हां नूं मूंह दिखाणी पई सी जित गुरु नानक दे घर दी सी। बाकी संगत जी आपां जिस तरह देख रहे हैं कि जदों कोई मौके ते आदमी पहुंचदा गल कुछ होर हुंदी जदों किसी दे कन्न भरे जांदे उस टाइम गल कुछ होर बनदी। अकबर बादशाह गुरु अमरदास पातशाह दरबार च आया ते गुरु अमरदास पातशाह ने कहा प्रथमे पंथ पाछे सन पहला जाके लंगर छकिया और लंगर छक के संगत ऊंच नीच का जो भेदभाव से गुरु अमरदास पातशाह मिटाया सब कट्ठे बह के लंगर छको जब छकिया बड़ा मन खुशी हुई तो कहिंदे दस्या जिस तरह मेरे वीर जी सत्कार योग जी ने दस्या कि अकबर ने कहा सी कि मैं बहुत सारी मतलब लंगर का पैसा ज जमीन दया दया तो मैं थोड़े नाँ कराने। गुरु अमरदास पातशाह महाराज ने ना करती जो तिल फुल सो संगतां दे नाल ही भेटा करनी उहदे नाल ही सारा काम काज लिया जाएगा किसी अमीर बंदे का यह काम पैसा नहीं लिया जाएगा मतलब कि नहीं ये काम सारा होएगा। और संगत जी सानू सोचना चाहिए कि अज जिहड़ा कोई भी कारोबार बनता इस संगतां दे सहयोग नाल तां बड़ियां बरकतां पैंदियां। कोई भी धनी बंदा कहे मैं कर सकना उस विच होर कर ते लवेगा पर बरकत वाला सौदा नहीं होएगा। जिहड़ी बरकत पैणी गुरु नानक पातशाह दे किसे काम नूं आपां कारज नूं हत्थ करना संगत विच करना उह सब कुछ बिल्कुल बड़ा प्रबलवत प्रबल तों प्रबल दा बड़ा उच्चा फुलदा। इसे तरह साडा चैनल सिख चैनल भी देख लो 11 साल हो गया निरंतर चलते इस संगतां दे सहयोग नाल बहुत वधिया चल रहा। गुरु साहिब दी बड़ी कृपा है संगतां नूं फिर बेनती करांगे आपां सिख चैनल दी वध तों वध सपोर्ट करनी। अज सहज पाठ करतारपुर साहिब दी धरती सरवण भी करने ने और आपां बह के कथा कहानियां उह तों सरवण करनियां। ज्ञानी अमृतपाल सिंह जी जिस तरह विप्रवाद तों ते सिख धर्म नूं बहुत खतरा सी गुरु नानक साहिब दी सिक्खी नूं किसे होर पासे नूं खतरा हैगा सी। हाँ जी गुरु नानक साहब नूं तां किसे तों खतरा नहीं सिक्खी नूं खतरा पिया उस जमाने विच होर बड़ियां चीजां तों। हाँ जी एक मत हैगा सखी सरवर मत तुसीं ना सुनिया होएगा सखी सरवरियां दा। हाँ जी ये तरन तारन तों 5 मील दूरी ते ना पूर्व वाले पासे एक पिंड हैगा पखोके। हाँ जी उत्थे शेख फत्ते दी गद्दी है बिल्कुल जी अज भी हैगी है। हाँ जी हुण इन्हां दा काम सी बफर दा बफर समझदे हो जदों मान लो
ट्रेन अकरान ना झटके ना वजन विचकार एक रबड़ लगाई होंगी है ताकि दोनों झटकों को सहार लवे उन्हें कहते बफर बफर का काम जिहड़ा ना किवें हुण भारत विच रहिंदे हिंदू ने राज मुसलमान दा हिंदू नूं मुसलमान बनाना है ते उहदे लई विच बफर का काम किया सखी सरवर मत ने क्योंकि हिंदू सीधा मुसलमान एकदम नहीं बन सकता इन्होंने की किया शेख फतेह की कबर की पूजा करानी शुरू कर दी भी जिहड़ा हिंदू मूर्ति नूं पूज सकता है वह कबर के उत्ते भी मत्था टेक सकता है जे वह मंदिर विच जाके दीवा जगा सकता है वह फतेह की कबर से भी दीवा जगा सकता है उन्हें बहुता फर्क नहीं पैना उन्होंने एक बफर का काम किया विच शेख फतेह की कबर की पूजा करानी शुरू कर दी ताकि हिंदू वीर जड़े ने वह मंदिर में जाके अपने भगवान को भी पूजी जान ते कबर नूं भी उत्थे दीवा जगाते हैं चलो इत्थे भी आके जगा देन वीरवार को रोड बना लिया करन इहदे नाल की हुंदा सीगा हरा उत्थे लाल चुन्नी चढ़ाते ने इत्थे हरी चादर चढ़ा लिया करन उहदे नाल सखी सरवरियां का अद्धा पचद्धा काम खत्म हो जाता सी हिंदू नूं मुसलमान बनाउण दा जिहड़ा सखी सरवरिया बन गया उहदे सखी सरवर तों बाद उहनूं मुसलमान बनाउणा आसान हो जाता सी गुरु नानक पातशाह दे समें घर घर गुरु नानक दी सिक्खी पंजाब च पहुंची लाहौर च सियालकोट च अमृतसर दा इलाका सारा लगभग सियालकोट बड़ी रुक रुक के आंदी पई बहुत रुक रुक के आ रही पता नहीं की ट्रबल पै रही है गुरु कृपा करे हां जी हुण गुरु अंगद देव पातशाह जी ने करतारपुर साहब छड़ के खडूर साहब टिकाणा कीता सखी सरवर नाल गढ़ सी खडूर साहब तो सिखी का प्रचार कीता ते सखी सरवर मत नूं होर सट वजी गुरु अमरदास पातशाह जी इन्हां दे वेले भी सखी सरवरिया ने गुरु घर की विरोधता की गुरु अर्जन देव पातशाह ने ते तरन तारण साहब जो उसारी की यह सखी सरवरिया का गढ़ सी बिलकुल हुण सुभावक गुरु अर्जन देव पातशाह तक पंज गुरु सबाना दे सिखी दा प्रचार कीता ते पंजां गुरु सबाना तक सखी सरवर मत घटना शुरू हो गया और सब तो वड्डी गल ए होई कि सखी सरवरियां दे दो चोटी दे प्रचारक बहलोल ते तीर्था अच्छा जी इन्हां ने सखी सरवरियां मत छड के गुरु नानक दी सिखी धारण कर ली वाह पंचम पातशाह कोल आ के आखदे ने सतगुरु अज तक असीं कच्च वी हाजदे रहे हां अज पता चलिया वी सतनाम दे घर विच ਅਸੀਂ ਸਿੱਖੀ ਧਾਰਨ ਕਰਨ ਆਏ ਹਾਂ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਹੁੰਦੀ ਇਹ ਆਪਣਾ ਸਖੀ ਸਰਵਰ ਮਤ ਛੱਡਿਆ ਸਿੱਖੀ ਦੀ ਦਾਤ ਇਹਨਾਂ ਨੇ ਲਈ ਸੀ ਇਹੀ ਬਹਿਲੋਲ ਬਾਅਦ ਵਿੱਚ ਬਣਿਆ ਸੀ ਭਾਈ ਬਹਿਲੋ ਜਿਹਨੂੰ ਗੁਰੂ ਨੇ ਮਾਣ ਦਿੱਤਾ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ ਤੇ ਇਹੀ ਤੀਰਥਾ ਮੰਜਕੀ ਦਾ ਰਹਿਣ ਵਾਲਾ ਜਿਹਨੂੰ ਗੁਰੂ ਨੇ ਕਿਹਾ ਪੰਜ ਇਹ ਭਾਈ ਮੰਜ ਇਹ ਦੋ ਚੋਟੀ ਦੇ ਪ੍ਰਚਾਰਕ ਸਨ ਸਖੀ ਸਰਵਰ ਦੇ ਜਿਹੜੇ ਗੁਰੂ ਨਾਨਕ ਦੇ ਸਿੱਖ ਬਣ ਗਏ ਤੇ ਪੰਜਾਬ ਦੀ ਧਰਤੀ ਤੇ ਸਖੀ ਸਰਵੜੀਆਂ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਫਿਰ ਇਹਨਾਂ ਵੀ ਜ਼ੋਰ ਲਾਇਆ ਸੀ ਬਾਦਸ਼ਾਹ ਤੱਕ ਕਿ ਅਸੀਂ ਲੋਕਾਂ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਸਿੱਖ ਬਣਾਈ ਜਾ ਰਹੇ ਨੇ ਇਹਨਾਂ ਨੇ ਵੀ ਇਹ ਬੜੀ ਭਾਰੀ ਵਿਰੋਧਤਾ ਕੀਤੀ ਸੀ ਇਹ ਉਹੀ ਹੈ ਸ਼ੇਖ ਫਤਿਹ ਅਜੇ ਕੁਝ ਸਮਾਂ ਪਹਿਲਾਂ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਸ਼ੇਖ ਫਤਿਹ ਦੀ ਕਬਰ ਉੱਪਰ ਨਿਸ਼ਾਨ ਸਾਹਿਬ ਵੀ ਚੜਾ ਦਿੱਤਾ ਸੀ ਠੀਕ ਹੈ ਕੁਝ ਸੁਚੇਤ ਸਿੱਖਾਂ ਨੇ ਜਾ ਕੇ ਉਹ ਨਿਸ਼ਾਨ ਸਾਹਿਬ ਉਤਰਵਾਇਆ ਕੁਝ ਦਿਨਾਂ ਦੀ ਪੁਰਾਣੀ ਗੱਲ ਹੈ ਦੋ ਦੂਰ ਦੀ ਗੱਲ ਨਹੀਂ ਹੈ ਪੰਜਾਬ ਦੀ ਧਰਤੀ ਤੇ ਸ਼ੇਖ ਫਤਿਹ ਦੀ ਕਬਰ ਤੇ ਇਹਨਾਂ ਨਿਸ਼ਾਨ ਸਾਹਿਬ ਚੁਲਾਇਆ ਤੇ ਸੁਚੇਤ ਸਿੱਖਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਜਾ ਕੇ ਨਿਸ਼ਾਨ ਸਾਹਿਬ ਉਤਾਰਿਆ ਭਾਵ ਇਹ ਸਖੀ ਸਰਵਰੀ ਅੱਜ ਵੀ ਬਾਜ ਨਹੀਂ ਆ ਰਹੇ ਅੱਜ ਵੀ ਸਿੱਖੀ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਭਾਜੀ ਅਮਰਪਾਲ ਸਿੰਘ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੇ ਸਖੀ ਸਰਵਰੀ ਹੈ ਬਿਲਕੁਲ ਸ਼ੇਖ ਫਤਿਹ ਦੀ ਜਗ੍ਹਾ ਤੇ ਮੈਂ ਹੁਣ ਜਾ ਕੇ ਆਇਆ ਉੱਥੇ ਮਹਾਰਾਜ ਜਿਸ ਤਰ੍ਹਾਂ ਜਗ੍ਹਾ ਬਣੀ ਆਸੇ ਪਾਸੇ ਝਾੜੀਆਂ ਦੇ ਕੁੱਤੇ ਖੀਰ ਖਾ ਕੇ ਆ ਲੇਟੀਆਂ ਮਾਰ ਰਹੇ ਸਾਡੇ ਸਿੱਖ ਵੀ ਸੰਗਤ ਜੀ ਬਹੁਤ ਜ਼ਿਆਦਾ ਉੱਥੇ ਲੈ ਕੇ ਬਾਲਟੀਆਂ 'ਚ ਖੀਰ ਪਾਈ ਲੈ ਕੇ ਜਾ ਰਹੇ ਕਿੱਡੀ ਅਨਪੜ੍ਹਤਾ ਕਿੱਡੀ ਅਨੁਭੂਲਤਾ ਕਿੱਡੀ ਸ਼ਰਧਾ
मतलब कि श्रद्धा है पर अन्नी श्रद्धा इन कहते हैं। पर हम देखो यूरोप दे विच असीं इटली तो आए हैं, इटली खुद देखा गाइया चाली चाली पचास लीटर दुध दे दिया, शाम को तुरया नहीं जाता गाइया के कोलों धारण जगह च धार कढ़ानी है। तो की गल इतने शेख फतेह जगह दुध पाने लैके जाते करके इन्ना दुध देंदियां गाइया। ये साड़ी सोच में बदलना पड़ेगा जिथे भी आप सिक्ख्या के सरोते अपने परिवार भी दसो ये मतलब खसम छुड़ दूजा लगे डूबे से हूँ जा रहा सिख होकर आप किसी के होर का होर नहीं जा के रेह जी लाज लाज तो है ना ही हर हर तज का होकर जाई ऊँ तो जाए जो इं ना हो सा गुरु सम्राट गुरु ग्रंथ साहब पातशाह महाराज संगत में प्रभ वसदा सचे पातशाह आप संगत में कथा कहानियां सरवण करिए असं बड़े कर्मा वाले हाँ। जिस तरह गुरु साहब मेरे वीर अत सत्कार जो भाई अमृतपाल सिंह दसिया कि सिखी तो सिखी नहीं टिक टिकती जेकर पहला गिलास भरिया तो पानी दोबारा फिर कितों पै गया पहला पानी पर। ते गुरु अमरदास पातशाह महाराज का नाम समावा जो भांडा है उनके भांडे टिके ना कोई मुद्दा भांडा वज्या तो की होगा उनके भांडे गुरु नानक साहब कहते उनके भांडे कच्छ ना सुहावा सीधे अमृत परे निहार सीधा भांडा होएगा तो भांडे में बिल्कुल कुछ ना कुछ खाली भांडे पैगा। आप संघ जी अकाल लेने करना सरकार योग जी अकाल जोड़े आप वीर जी फतेह बुलाने वाहेगुरु जी का खालसा वाहेगुरु जी की फतेह जी वाहेगुरु जी का खालसा वाहेगुरु जी की फतेह। आपा जी कौन साहब कितों बोलते जी बिलकुल बिलकुल मुसलमान धर्म तो निकलिया जी मुसलमान धर्म शुरू है अरबी भाषा का शब्द है शहीद शहीद का मतलब है जी गवाह शहादत का मतलब है गवाही अभी पहला बजुर्ग देखा जी बजुर्ग आते गवाही देनी केस पै गया वो कहते शहादत देने चले है सू समझ नहीं आती जिदा शहादत होंगे गवाही गुरु अर्जन देव महाराज जी की शहीदी तो पहला भाई गुरदास जी की वार 13वीं पौड़ी से 11वीं वार च महाराज ने एक सिख की शहीदी का भी भाई गुरदास जी ने जिक्र किया उस तू पहला जिदा हजरत मुहम्मद है उन्होंने दंद की शहीदी का जिक्र आया पहला जी जंग कोई दिख पाते ना तो कई इदा जिदा हो जाते पै जाते मतलब जिदा सही मकरे कह दें हो गए दंद तोड़ के देते सही मरिया ना कि हजरत शाह हजरत मुहम्मद साहब दंद तोड़ के देखा है जिक्र है बिलकुल फिर अपने जसू कृष्ण शहीदी हुई इन्हों की है ना मंसूर की हुई है ना जे करबला के मैदान जरा हजरत हसन से शहीदी उस टाइम शहीद कर गुरु अर्जन देव महाराज को ਜੇ ਜਹਾਂਗੀਰ ਦੇ ਉਹਨੂੰ ਮਤਲਬ ਇਹ ਆਪਸ਼ਨ ਸੀ ਵੀ ਜੋ ਜੁਰਮਾਨਾ ਭਰਦਾ ਬਿਲਕੁਲ ਜਿਹਨਾਂ ਨੂੰ ਖੁਸਰੋ ਨੂੰ ਪਨਾਹ ਦਿੱਤੀ ਸੀ ਹਾਂਜੀ ਉਹਦਾ ਜੁਰਮਾਨਾ ਭਰਦਾ ਤੇ ਉਹ ਬਰੀ ਹੈ ਬਿਲਕੁਲ ਆਪਣੀ ਜਾਨ ਬਚਾ ਸਕਦੇ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਜੇ ਉਹਦਾ ਚੰਦੂ ਹੈ ਤੇ ਚੰਦੂ ਵਰਜੀਤ ਕਰਦਾ ਉਹ ਕਹਿੰਦਾ ਫਿਰ ਲੜਕੀ ਦਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਜਾਂ ਰਿਸ਼ਤਾ ਕਰ ਲਓ ਹਾਂਜੀ ਉਹ ਸੁਲਾ ਹੋ ਸਕਦੀ ਸੀ ਬਿਲਕੁਲ ਕਿੰਨੇ ਆਪਸ਼ਨ ਸੀ ਹਾਂਜੀ ਪਰ ਮਹਾਰਾਜ ਨੇ ਇਹ ਸਾਰੇ ਆਪਸ਼ਨ ਛੱਡਦੇ ਹੋਏ ਸਿੱਧੀ ਪ੍ਰਵਾਨ ਕੀਤੀ ਬਿਲਕੁਲ ਕੀਤੀ ਹਾਂ ਇਸ ਤਰ੍ਹਾਂ ਕਿ ਮਹਾਰਾਜ ਨੂੰ ਖਿਤਾਬ ਮਿਲਿਆ ਸ਼ਹੀਦਾਂ ਦੇ ਸਰਤਾਜ ਹਾਂ ਭਾਈ ਚਨਾਬ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਿਸਤਾਰ ਨਾਲ ਦੱਸਿਆ
ਕਿਆ ਬਾਤ ਹੈ, ਗੁਰੂ ਸਾਹਿਬ ਦੀ ਬੜੀ ਕਿਰਪਾ, ਬੜੀ ਖੋਜ ਕਰਕੇ ਦੱਸਿਆ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਦੋ ਜਿਹਨਾਂ ਦੇ ਕਾਰਨ ਦੱਸਾਂ ਜੀ, ਕਾਰਨ ਕੀ ਜੇ ਤੂੰ ਮੈਨੂੰ ਇੱਕ ਦੋ ਮਿੰਟ ਦੀ ਕਿਰਪਾ ਕਰਕੇ। ਕਰੋ ਕਰ ਕਰੋ ਹਾਂ ਕਰੋ। ਇਹਨਾਂ ਦੀ ਮਤਲਬ ਜੀ ਜੇ ਅੱਠ ਕਾਰਨ ਜੀ ਦੇ ਮੇਨ ਨੇ ਜੀ। ਹਾਂਜੀ ਅੱਠ ਕਾਰਨ ਮੇਨ, ਬਾਕੀ ਹੋਰ ਵੀ ਛੋਟੇ ਛੋਟੇ ਦੇ ਬਹੁਤ ਨੇ। ਹਾਂਜੀ ਲੇਕਿਨ ਪਹਿਲਾ ਕਾਰਨ ਇਹਨਾਂ ਦੀ ਸ਼ਹੀਦ ਜੀ ਜਹਾਂਗੀਰ ਤੋਂ ਸ਼ੁਰੂ ਹੁੰਦਾ। ਹਾਂਜੀ ਕਿਉਂ ਉਹ ਰਾਜਾ ਮੌਕੇ ਦਾ। ਹਾਂਜੀ ਇਹ ਏਦਾਂ ਹੁੰਦਾ ਵੀ ਜਦੋਂ ਇਹਨਾਂ ਦੇ ਮੌਕੇ ਦਾ ਸਾਈ ਮੀਆਂ ਮੀਰ ਜੀ ਫਕੀਰ ਆਏ, ਸਾਰੇ ਜਾਣਦੇ ਜਿਹਨਾਂ ਹਰਿਮੰਦਰ ਸਾਹਿਬ ਦੀ ਫਕੀਰ ਹੈ। ਬਿਲਕੁਲ ਬਿਲਕੁਲ ਹਾਂਜੀ, ਸਾਰਿਆਂ ਨੂੰ ਪਤਾ ਹੈ ਪਰ ਸਿੱਖ ਜਿਹੜਾ ਉਹ ਬੱਚੇ ਬੱਚੇ ਨੂੰ ਪਤਾ। ਹਾਂਜੀ ਵੀ ਸਾਈ ਮੀਰਾ ਜੀ ਕੌਣ ਸਨ। ਹਾਂਜੀ ਇਹ ਹੁਣ ਜਦੋਂ ਉਹਨਾਂ ਦੇ ਜਿੱਦਾਂ ਸਾਡੇ ਆਚਮ ਤੇ ਅਸੀਂ ਸੋਚ ਲਈਏ ਮਰ ਜਾ, ਮਤਲਬ ਐਗਜ਼ਾਮਪਲ ਵਾਸਤੇ ਵੀ ਜੀ ਸਾਡੀ ਕਾਤਲ ਦੇ ਜਹੇਦਾ ਸਾਹਿਬ ਨੇ। ਹਾਂਜੀ ਇਹ ਸਾਡੇ ਸਿੱਖ ਧਰਮ ਦੇ ਵੀ ਆਗੂ ਨੇ, ਹਾਂਜੀ ਪੋਲੀਟੀਕਲ ਵੀ ਆਗੂ ਨੇ, ਇਹ ਕੱਲੇ ਉੱਥੇ ਨਹੀਂ ਧਰਮ ਦੇ ਨੇ। ਬਿਲਕੁਲ ਉਸ ਟਾਈਮ ਜਿਹੜੀ ਜੰਗ ਸਾਈ ਮੀਆਂ ਮੀਰ ਉਹ ਪੁੱਛਦੇ ਸੀ। ਹਾਂਜੀ ਹਾਂਜੀ ਉਹ ਜਦ ਦਰਬਾਰ ਸਾਹਿਬ ਦਰਸ਼ਨ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਮਿਲੇ ਨੇ। ਹਾਂਜੀ ਉਹ ਇੰਨੇ ਪ੍ਰਭਾਵਿਤ ਹੋਏ, ਇੰਨੇ ਪ੍ਰਭਾਵਿਤ ਹੋਏ। ਹਾਂਜੀ ਉਹਨਾਂ ਗ੍ਰੰਥ ਸਾਹਿਬ ਤੇ ਜੀ ਉਹ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਏ। ਵਾਹ ਵਾਹ ਵਾਹ, ਜਾਂ ਉਹਨਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਜੰਗ ਇਹ ਤੋਂ ਪਤਾ ਲੱਗਾ। ਹਾਂਜੀ ਉਹ ਕਹਿੰਦੇ ਵੀ ਚੱਲ ਆਮ ਬੰਦਾ ਤੇ ਹੋਵੇ, ਹਾਂਜੀ ਜਦੋਂ ਮੇਰਾ ਮੇਨ ਬੰਦਾ ਹੀ ਮਤਲਬ ਸਿੱਖ ਧਰਮ ਨਾਲ ਰੁੜ ਗਿਆ ਬਾਕੀ ਧਰਮ ਕਿੱਧਰ ਜਾਏਗਾ। ਬਿਲਕੁਲ ਹਾਂਜੀ ਹਾਂਜੀ ਇਸ ਕਰਕੇ ਜਹਾਂਗੀਰ ਵੀ ਉਸੇ ਟਾਈਮ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਿਰੁੱਧ ਹੋ ਗਿਆ ਸੀ, ਪਹਿਲਾ ਕਾਰਨ ਇਹ ਵੀ ਹੋ ਗਿਆ। ਹਾਂਜੀ 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 ਉਸ ਤੋਂ ਬਾਅਦ ਜਿਹੜੇ ਚੰਦੂ ਦੀ ਲੜਕੀ ਦਾ ਜਿਹੜਾ ਰਿਸ਼ਤਾ ਮਹਾਰਾਜ ਨੇ ਕਰਾਇਆ, ਜਦੋਂ ਇਹਨੇ ਚੰਦੂ ਨੇ ਕਿਹਾ ਨੀ ਵੀ ਮਤਲਬ ਕਈ ਮੋਰੀ ਦੀ ਚਵਾਰੀ ਦੀ ਮੋਰੀ ਲਾ ਪਈ। ਹਾਂਜੀ 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 ਸੰਗਤਾਂ ਸੁਣ ਲਿਆ। ਹਾਂਜੀ ਹਾਂਜੀ ਉਹਦਾ ਵਿਰੋਧ ਆ ਫਿਰ ਮਹਾਰਾਜ ਨੇ ਕਿਵੇਂ ਰਿਸ਼ਤਾ ਨੀ ਕਰਨਾ, ਉਹਨਾਂ ਦਾ ਮੇਨ ਕਾਰਨ ਸੀ। ਹਾਂਜੀ 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 ਉਸ ਤੋਂ ਬਾਅਦ ਇਹ ਸਕੀ ਸਰਬਰ ਅਮਰ ਭਾਈ ਅਮਰਪਾਲ ਸਿੰਘ ਬੜੇ ਉਸਾਰ ਨੇ ਭਾਈ ਅਮਰਪਾਲ ਬਹੁਤ ਵੇ ਦੱਸਿਆ ਨੇ। ਹਾਂਜੀ ਇਹ ਚੱਲਿਆ ਸਕੀ ਸਰਬਰ ਚੱਲਿਆ ਕਿੱਥੋਂ ਹੈ? ਹਾਂਜੀ ਹਾਂਜੀ ਇਹ ਪਾਕਿਸਤਾਨ ਤੋਂ ਚੱਲਿਆ ਹੈ। ਹਾਂਜੀ ਹਾਂਜੀ ਅਫਗਾਨਿਸਤਾਨ ਤੋਂ ਜਿਹੜਾ ਨਗਾਹ ਪੀਰ ਨਗਾਹ ਕਹਿੰਦੇ ਜੀ। ਹਾਂਜੀ ਹਾਂਜੀ ਇਹ ਪਾਕਿਸਤਾਨ ਚ ਥੋੜਾ ਜਿਹਾ ਵਿਚਾਰ ਸੰਕੋਚਿਓ ਮਾੜਾ ਜਿਹਾ ਜੀ। ਅੱਛਾ ਮੈਂ ਤੁਹਾਨੂੰ ਕਾਰਨ ਦੱਸਿਆ, ਨਗਾਹ ਪਾਕਿਸਤਾਨ ਨੇ ਜੀ। ਹਾਂਜੀ ਉੱਥੇ ਨਗਾਹ ਪੀਰ ਦਾ ਮਤਲਬ ਨਗਾਹ ਪੈਣ ਦਾ ਪੀਰ ਇਸ ਕਰਕੇ ਕਹਿੰਦੇ ਨਗਾਹ ਵਾਲਾ ਪੀਰ। ਹਾਂਜੀ ਸਾਰੇ ਪੰਜਾਬ ਦੇ ਲੱਖਾਂ ਦੀ ਜਗ੍ਹਾ ਨੇ ਪਰ ਪੰਜਾਬ ਆਇਆ ਜੀ। ਇਹਨਾਂ ਨੇ ਵਿਰੋਧ ਕੀਤਾ, ਮਹਾਰਾਜ ਇਹਨਾਂ ਨੇ ਬਾਣੀ ਨਹੀਂ ਲਈ, ਤੁਹਾਨੂੰ ਪਤਾ ਇਹਨਾਂ ਦਾ ਵਿਚਾਰ ਨਹੀਂ ਮਿਲਿਆ। ਬਿਲਕੁਲ ਬਿਲਕੁਲ ਕਿਸਨੇ ਉਸ ਨੂੰ ਮਾੜਾ ਕਿਹਾ, ਕਿਸੇ ਨੇ ਮੈਂ ਕਿਹਾ ਮੈਂ ਯੋਗ ਜਾ ਵਾ, ਕਿਸੇ ਨੇ ਕਿਹਾ ਜੀ ਇਹ ਉਹ ਮਹਾਰਾਜ ਨਹੀਂ ਕੀਤੀ, ਇਹ ਵੀ ਇਹਨਾਂ ਦਾ ਵੀ ਮੇਨ ਕਾਰਨ ਸੀ। ਹਾਂਜੀ ਹਾਂਜੀ ਠੀਕ ਹੈ। ਉਸ ਤੋਂ ਬਾਅਦ ਜੇ ਨਕਸਲਵਾਦ ਦੀ ਮਾਤੇ ਹੋਇਆ ਜੀ। ਹਾਂਜੀ ਹਾਂਜੀ ਉਹਨਾਂ ਨੇ ਇਹਨਾਂ ਦਾ ਵੀ ਬਹੁਤ ਰੋਲ ਸੀ ਮਹਾਰਾਜ ਸ਼ਹੀਦੀ ਵਿੱਚ। ਹਾਂਜੀ 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 ਤੇ ਉਸ ਤੋਂ ਬਾਅਦ ਉਹਨਾਂ ਦੇ ਭਰਾ ਵੱਡੇ ਭਰਾ ਸਾਹਿਬ ਜੀ ਪ੍ਰੇਸ਼ੀ ਜਾਂਦਾ ਜੀ, ਉਹਦਾ ਬਹੁਤ ਵੱਡਾ ਰੋਲ ਸੀ, ਉਹਨਾਂ ਦੇ ਬਹੁਤ ਵੱਡਾ ਰੋਲ ਸੀ। ਉਸ ਲਈ ਕੰਮ ਕਿੱਦਾਂ ਲੈ ਗਿਆ ਨੇ ਕਿੱਦਾਂ। ਹਾਂਜੀ ਹਾਂਜੀ ਹੈ ਨਾ ਜੀ ਬਿਲਕੁਲ। ਤੇ ਇਹ ਇਹਨਾਂ ਦੇ ਮਤਲਬ ਮੌਲ ਕਾਰਨ ਨੇ ਤੇ ਮੈਂ ਆਪਣਾ ਚਾਹ ਟਾਈਮ ਤੇ ਸਮਾਪਤ ਹੁੰਦਾ ਜਿਹੜਾ 1606 ਈਸਵੀ ਨੂੰ ਮਹਾਰਾਜ ਜੀ ਡੇਰਾ ਸਾਹਿਬ ਹਾਂਜੀ ਪਾਕਿਸਤਾਨ ਲਾਹੌਰ ਵਿੱਚ ਹਾਂਜੀ ਹਾਂਜੀ ਮਹਾਰਾਜ ਸ਼ਹੀਦ ਹੋਏ ਨੇ। ਹਾਂਜੀ 43 ਸਾਲ ਹਾਂਜੀ ਇੱਕ ਮਹੀਨਾ ਹਾਂਜੀ 15 ਦਿਨ ਸਰੀਰ ਕਰਕੇ ਮਹਾਰਾਜ ਸੰਸਾਰ ਤੇ ਰਹੇ ਨੇ। ਵਾਹਿਗੁਰੂ ਵਾਹਿਗੁਰੂ 24 ਸਾਲ 9 ਮਹੀਨੇ ਤੇ 21 ਦਿਨ ਵਾਹ ਗੁਰਗੱਦੀ ਰਾਜ ਮਹਾਰਾਜ ਮਹਾਰਾਜ ਕੀ ਬਾਤ ਹੈ। ਐਸੇ ਗੁਰ ਕੋ ਬਲ ਬਲ ਜਾਈਏ ਆਮ ਮੁਖ ਮੁਖ ਤਾਰੇ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਬਣਾ। ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ ਭਾਈ ਪ੍ਰਕਾਸ਼ ਸਿੰਘ ਜੀ, ਬੜੀ ਮਿਹਨਤ ਨਾਲ ਕੀਤਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਅਤਿ ਸਤਿਕਾਰਯੋਗ ਸਨ ਭਾਈ ਪੰਜਾਬ ਸਿੰਘ ਜੀ, ਬੜੀ ਗੁਰੂ ਸਾਹਿਬ ਦੀ ਕਿਰਪਾ, ਬੜੀ ਮਿਹਨਤ ਕਰਦੇ ਨੇ। ਸਿੱਖੀ ਹੈ ਮਿਹਨਤ ਦੀ, ਸਿੱਖੀ ਗੱਲਾਂ ਦੀ ਨਹੀਂ, ਸਿੱਖੀ ਮਿਹਨਤ ਦੀ ਜ਼ਰੂਰ ਹੋਵੇ। ਆਪਾਂ ਨੂੰ ਇਸ ਪਾਸੇ ਝੁਕਾ ਕਰਨਾ ਚਾਹੀਦਾ ਹੈ। ਝੁਕਾ ਕਰਨ ਦੇ ਨਾਲ ਗੁਰੂ ਸਾਹਿਬ ਦੀ ਸਿੱਖਿਆ ਤੋਂ, ਗੁਰੂ ਸਾਹਿਬ ਦਾ ਜੋ ਹੁਕਮ ਉਪਦੇਸ਼ ਸਾਨੂੰ ਆਪਣੇ ਹਿਰਦੇ ਚ ਵਾਪਸ ਸੱਚੇ ਪਾਤਸ਼ਾਹ ਦਾ। ਮੈਂ ਭਾਈ ਅੰਪਾਲ ਸਿੰਘ ਬੇਨਤੀ ਕਰਾਂ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸਾਡੇ ਤੇ ਬਖਸ਼ਿਸ਼ ਕੀਤੀ, ਕੱਲ ਜੋ ਜੁਖਾ ਅਰਜਨ ਗੁਜਰ ਪਾਤਸ਼ਾਹ ਵਾਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਭਾਈ ਬਾਬਾ ਭਾਈ ਗੁਰਦਾਸ ਜੀ ਕੋ ਲਿਖਵਾਏ ਔਰ ਸਾਡੇ ਸਾਹਮਣੇ ਸ੍ਰੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਸਾਨੂੰ ਦੱਸਿਆ ਵੀ ਆਪਾਂ ਇਹਨਾਂ ਨੂੰ ਪੂਜਣਾ, ਇਹਨਾਂ ਨੂੰ ਮੱਥਾ ਟੇਕਣਾ। ਤੁਸੀਂ ਇਹਨਾਂ ਬਾਰੇ ਜ਼ਰੂਰ ਚਾਨਣਾ ਪਾਓ ਕਿ ਸ੍ਰੀ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਕਿਹੜੇ ਕਿਹੜੇ ਸਹਿਮਤ ਸਨ, ਕਿਹੜੇ ਕਿਹੜੇ ਨਹੀਂ ਸਹਿਮਤ, ਇਹਨਾਂ ਬਾਰੇ ਦੱਸਣਾ ਕਰਿਓ। ਹਾਂਜੀ, ਗੁਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚ ਵੱਡਾ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ। ਇਸ ਤਰ੍ਹਾਂ ਕਹਿ ਲਓ ਵੀ ਗੁਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਗੁਰੂ ਗ੍ਰੰਥ ਤੇ ਗੁਰੂ ਪੰਥ ਵਾਸਤੇ ਹੋਈ ਹੈ। ਬਿਲਕੁਲ ਭਾਵ ਗੁਰੂ ਗ੍ਰੰਥ ਤੇ ਪੰਥ ਵਾਸਤੇ ਪੰਥ ਪਾਤਸ਼ਾਹ ਸ਼ਹਾਦਤ ਹੋਈ ਹੈ। ਗੁਰੂ ਗ੍ਰੰਥ ਸਾਹਿਬ ਇੱਕ ਮਹਾਨ ਖਜ਼ਾਨਾ ਸੀ ਜਿਹੜਾ ਦੁਨੀਆਂ ਦੀ ਝੋਲੀ ਚ ਗੁਰੂ ਸਾਹਿਬ ਨੇ ਪਾਇਆ।
पर विरोधियों ने इहदे विच्चों भी काफी शिकायतां लभियां। किवें? सब तो पहला तो पहले अखर तो शिकायत शुरू हो गई सी कि इन्होंने एक ओंकार लिखिया एक कि रब एक है, असि 31 रब मनते हाँ, जगह जगह मत्थे टेकते हाँ, फिर इन्होंने एका लिख दिता अंकों वाला जिदे हुण टुकड़े नहीं हो सकते, ईडी सियारी कक्का लिखते तो सियारी के अर्थ वक्रे किए जा सकते, ईडी के कक्के अर्थ वक्रे किए जा सकते, इस अंकों वाले एके का अर्थ एक ही होएगा। इस एक ने तीन नूं भी कट दिता, 33 नूं भी कट दिता, 33 करोड़ नूं भी कट दिता। सब तो बड़ा दुख तो इस गल का सी भी एक की गल क्यों। मैं तो कई बार सिखां नूं भी बेनती करदा ना भी सिखो भी तुसीं भी एक नाल जुड़ जाओ, असीं तो गुरुद्वारे भी आने आ, ज्यों बाहरों मत्थे टेकने शुरू कर देने, जगह जगह मत्थे टेक टेक के टेक टेक के जो सारे मत्थे टेके जाते ने थमलियां नूं दीवारां नूं फोटोआं नूं, अखीर फिर धन गुरु ग्रंथ साहिब की वारी कहती चलो यदा भी ला नहीं, मत्था एक अगे सतगुर आ गया सी इस भेट दो सतगुर सच है भावे एक, बस एक सतगुर के अगे होर किसी अगे नहीं, मत्था सिर्फ एक गुरु ने सी, मत्थे की मत गुरु नूं देनी है, गुरु को मत्थे दे विच मत पवानी है, अपनी मन की मत गुरु चरणा च रख के गुरु की मत मत्थे च पानी, मत्था टेकन का मतलब यह है असीं भी 35 थां ते मत्था टेक के 36वीं वारी गुरु ग्रंथ साहिब की लैके आने सिख ने एक नाल जुड़ना है बस। दूसरी गल गुरु ग्रंथ साहिब खत्री ब्राह्मण शूद वैश सारे बराबर बिठा दिते, ब्राह्मणा की बाणी भी है जिन्होंने लोग भगत रविदास जी सदना जी कबीर जी कहते हैं उन्होंने की बाणी इन्होंने इकट्ठी कर दी, मुसलमान सूफी फकीर बाबा फरीद जी की बाणी भी पा दी। ये भी एक बड़ा वड्डा कारण सी भी इस ग्रंथ में ऊंच नीच सारे बराबर इकट्ठे कर दते। फिर नाल काना छजू पीलू शाह हुसैन कहिंदे साडी कविता दर्ज करो, सतगुरु पातशाह कहन लगे गुरमत दे उल्ट है दर्ज नहीं कर सकते, फिर ये भी विरोधी हो गए, कहन लगे साडी राजसी पहुंच है, राजसी शक्ति साडे कोल है, असीं तुहानूं देख लवांगे, ये सतगुरु पातशाह नूं धमकियां दे के आए सन। याद रखियो ये वो काना छजू पीलू शाह हुसैन ने जिन्हां ने पंचम पातशाह नूं शहीद करन च कोई कसर नहीं छड्डी, काने दी ते बाहर जांदिया मौत हो गई सी, काने दे चेले छजू पीलू शाह हुसैन इन्हां ने आत्म चाई, पर बदकिस्मती की है पंजाब गुरुआं पीरां दी धरती जिस पंचम पातशाह नूं शहीद कीता इन्हां लोकां ने, इन्हां लोकां दीआं कवितावां जिहड़ियां ने पंजाब च साडे सिख बच्चिआं नूं सिलेबस च पढ़ाईआं जा रहीआं ने, जिहड़े गुरु घर दे विरोधी ने काना छजू पीलू शाह हुसैन पंजाब दी धरती ते स्कूलां विच इन्हां लोकां दा सिलेबस पढ़ाया जा रिहा है, साडे बच्चिआं नूं गुरु घर दे विरोधीआं दीआं लिखतां पढ़ाईआं जा रहीआं ने, बदकिस्मती साडी साड़ियां कई अपनिया होंदिया सरकार पंथ सरकार उन्होंने भी सिलेबस बंद नहीं किया सगो सिलेबस जारी रखिया। खैर इन्होंने कहा कि साड़ी राजसी पहुंच है राजसी शक्ति दे नाल असी गुरु नानक दे घर नूं ते इस ग्रंथ नूं बंद करा देंगे, ये धमकिया दे के आए सन राजसी शक्ति। ये राजसी शक्ति नाल बड़े जी कामयाब होए, इहदा मतलब यह सी कि असी गुरु ग्रंथ साहिब दा प्रकार मतलब कि बंद कराने जिस तुसीं दस्सिया कि नहीं होएगा पर होया, पर गुरु हरगोबिंद पातशाह महाराज दाते ने बाद विच करके दिखा लिया कि किदां होया किदां सी कामयाब किदां कामयाब होए तुसीं माड़ा जिहा संगत। हेलो जी, हां जी, इस तरह भी जिहड़ी राजसी शक्ति है ना इह हुंदा तलवार दे जोर नाल धर्म फलवाउणा, हां जी इहदा मतलब भी तुहाडे कोल कोई पाएदार विचारधारा नहीं हैगी, इस करके तलवार दे जोर नाल विचार अपने फोपणे चाहुंदे हो तुसीं, राजसी शक्ति दा मतलब इह हुंदा वै। हां जी, हां, गुरु नानक पातशाह कोल कोई राजसी शक्ति नहीं सी, नंगे धड़कले तुरे सन पर विचार इन्ने कीमती सन कि लोकां ने वह विचार अपना ले और गुरु नानक की सिक्खी नूं मन लिया। हुण ये काम इन्होंने तलवार के जोर नाल कीता। मैं एक छोटी जी गल कहां, कई बार विचार बड़े प्यारे हुंदे ने और इन्ने महत्वपूर्ण हुंदे ने कि असीं उह विचार दूजे लोगों तक पहुंचाना चाहते हाँ। हुण कई बार की हुंदा साडा प्यार साडे विचारां नाल ते हुंदा है पर दूजिआं नाल साडा प्यार नहीं हुंदा, इसलिए अपने विचार पहुंचाने की उत्तेजना दे विच असी जाने अनजाने दूजिआं नाल हिंसा करनी शुरू कर दिंदे आ। उदाहरण के तौर पर मुस्लिम वीरां ने सोचिया कि मूर्ति जो उस सच के रस्ते ज्ञान के रस्ते च रुकावट है, उन्होंने ये विचार फैलाने के लिए दुनिया भर च मूर्तियां तोड़ी मंदिर ढा दिते बहुत सारे लोगों को मार दिता, वो इन्ने विचार के दीवाने कि विचार कीमती हो पर लोग कीमती ना रहे, हिंसा शुरू हो गई जुल्म शुरू हो गया। हम इस गल का हमेशा ध्यान रखो
विचार जिन्ना मर्जी महत्वपूर्ण होवे, विचार नालों ज्यादा वह लोग महत्वपूर्ण ने जिन्हां तक असी अपने विचार पहुंचाना चाहते हैं। वेरी गुड। हाँ जी, क्योंकि जिले सिर्फ विचार रख के की करांगे, हाँ जी, भोजन नालों ज्यादा मुल भुखे इंसान का है, मुल इंसान का है भोजन का घट है, भोजन नालों ज्यादा मुल भुखे इंसान का है। जे भुखी ना ਤੁਹਾਡੀ ਮੈਂ ਗੱਲ ਅਮਰਪਾਲ ਸਿੰਘ ਵਿੱਚ ਰੋਕਣਾ ਪਿਆ, ਜਿਸ ਤਰ੍ਹਾਂ ਤੁਹਾਡੇ ਸੰਬੰਧ ਗੱਲਬਾਤ ਚੱਲਦੀ ਨਾਲ, ਮੈਂ ਕਿਹਾ ਜਿਸ ਤਰ੍ਹਾਂ ਆਪਾਂ ਹੁਣ ਗੱਲ ਇੱਥੇ ਕਰ ਰਹੇ ਹਾਂ, ਤੇ ਸਾਡਾ ਸਿੱਖ ਚੈਨਲ ਘਰ ਘਰ ਦੇ ਵਿੱਚ ਸਾਡੀ ਗੱਲ ਪਹੁੰਚਾ ਰਿਹਾ, ਇਹ ਸਾਡੀ ਗੱਲ ਪਹੁੰਚਾ ਰਿਹਾ ਕਿ ਸਾਨੂੰ ਬੜਾ ਵੱਡਾ ਪਲੇਟਫਾਰਮ ਮਿਲਿਆ, ਇਹ ਬਹੁਤ ਵਧੀਆ ਮਾਣ ਵਾਲੀ ਗੱਲ ਹੈ। ਹਾਂਜੀ, ਕਰੋ ਗੱਲ ਤੁਸੀਂ ਆਪਣੀ। ਹਾਂਜੀ ਹਾਂਜੀ ਹਾਂਜੀ, ਮਤਲਬ ਕੀ ਹੈ, ਭੋਜਨ ਨਾਲੋਂ ਜ਼ਿਆਦਾ ਮੁੱਲ ਭੁੱਖੇ ਇਨਸਾਨ ਦਾ ਵੈ, ਜੇ ਭੁੱਖੀ ਨਹੀਂ ਤੇ ਜ਼ਬਰਦਸਤੀ ਫੜ ਕੇ ਜ਼ੰਜੀਰਾਂ ਨਾਲ ਬੰਨ ਕੇ ਭੋਜਨ ਖਵਾਉਣਾ ਸ਼ੁਰੂ ਕਰ ਦਈਏ ਤੇ ਇਹ ਸੇਵਾ ਨਹੀਂ ਹੋਏਗੀ, ਇਹ ਹਿੰਸਾ ਹੋਏਗੀ। ਇਨਸਾਨ ਨਾਲੋਂ ਜ਼ਿਆਦਾ ਭੋਜਨ ਕੀਮਤੀ ਹੋ ਗਿਆ, ਭੋਜਨ ਤਾਂ ਇਸ ਲਈ ਸੀ ਵੀ ਇਨਸਾਨ ਬਚ ਜਾਏ, ਇਸ ਕਰਕੇ ਵਿਚਾਰ ਇਨਸਾਨ ਲਈ ਹਨ ਤੇ ਇਨਸਾਨ ਦੀ ਅਹਿਮੀਅਤ ਨੂੰ ਵੀ ਸਮਝਿਆ ਜਾਵੇ, ਪਰ ਇਹ ਗੱਲ ਉਹਨਾਂ ਲੋਕਾਂ ਨੇ ਨਹੀਂ ਸਮਝੀ। ਉਹਨਾਂ ਨੇ ਆਪਣੇ ਵਿਚਾਰ ਨੂੰ ਫੈਲਾਉਣ ਵਾਸਤੇ ਤਲਵਾਰ ਦਾ ਜ਼ੋਰ ਦਿਖਾਇਆ। ਹੁਣ ਉਹਦੇ ਵਿੱਚ ਕੀ ਹੋਇਆ, ਮੈਂ ਇੱਕ ਛੋਟੀ ਜਿਹੀ ਗੱਲ ਕਹਾਂ, ਨਕਸ਼ਬੰਦੀ ਸ਼ੁਰੂ ਹੋਈ। ਨਕਸ਼ਬੰਦੀ ਦਾ ਮਤਲਬ ਸੀ ਕਿ ਰਾਜਸੀ ਸ਼ਕਤੀ ਦੇ ਨਾਲ ਧਰਮ ਨੂੰ ਫੈਲਾਉਣਾ। ਇਹ ਕੰਮ ਕੀਤਾ ਸੀ ਤੁਰਾਨ ਦੇ ਵਿੱਚੋਂ ਆਏ ਹੋਏ ਖਵਾਜਾ ਮੁਹੰਮਦ ਬਾਕੀ ਬਿੱਲਾ ਨੇ। ਇਹਨੇ ਭਾਰਤ ਵਿੱਚ ਨਵਾਂ ਸੂਫੀ ਸਿਲਸਿਲਾ ਸ਼ੁਰੂ ਕੀਤਾ ਸੀ ਜਿਹਦਾ ਨਾਮ ਸੀ ਨਕਸ਼ਬੰਦੀ। ਇਹਦਾ ਸਿਧਾਂਤ ਇਹ ਸੀ ਵੀ ਇਸਲਾਮ ਦੇ ਪ੍ਰਚਾਰ ਲਈ ਰਾਜਸੀ ਸ਼ਕਤੀ ਬੜੀ ਜ਼ਰੂਰੀ ਹੈ, ਭਾਵ ਤਲਵਾਰ ਦੇ ਨਾਲ ਕਿਸੇ ਦੇ ਸਿਰ ਤੇ ਆਪਣੇ ਵਿਚਾਰ ਥੋਪੋ, ਇਹਦਾ ਮਤਲਬ ਇਹ ਸੀਗਾ। ਖੈਰ ਇਹਦੀ ਮੌਤ ਹੋ ਗਈ ਸੀ 5-6 ਸਾਲ ਬਾਅਦ। ਇਹਦੀ ਗੱਦੀ ਤੇ ਫਿਰ ਬੈਠਾ ਸ਼ੇਖ ਅਹਿਮਦ ਸਰੰਦੀ। ਸ਼ੇਖ ਅਹਿਮਦ ਸਰੰਦੀ ਜਿਹੜਾ ਇਹਨੇ ਵੀ ਫਿਰ ਜ਼ੋਰ ਲਾਇਆ, ਯਾਦ ਰੱਖਿਓ ਜ਼ਬਰ ਆਪਣਾ ਮਤ ਫੈਲਾਉਂਦੇ ਰਹੇ, ਪਰ ਦੁਨੀਆ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਲਾਹੌਰ ਦੇ ਵਿੱਚ ਬਿਮਾਰਾਂ ਦੀ ਸੇਵਾ ਕਰ ਰਹੇ ਨੇ, ਭੁੱਖਿਆਂ ਡਾ ਰਹੇ ਨੇ, ਅਕਾਲ ਪਿਆ ਸੀ, ਮਹਾਮਾਰੀ ਫੈਲੀ ਸੀ, ਲੋਕ ਮਰ ਰਹੇ ਸਨ, ਲਾਹੌਰ ਦੀਆਂ ਗਲੀਆਂ ਲਾਸ਼ਾਂ ਨਾਲ ਭਰੀਆਂ ਸੀ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਲਾਸ਼ਾਂ ਮੋਢੇ ਤੇ ਚੁੱਕ ਚੁੱਕ ਕੇ ਢੋ ਢੋ ਕੇ ਉਹਨਾਂ ਨੂੰ ਦਫਨਾਉਂਦੇ ਰਹੇ ਤੇ ਸੰਸਕਾਰ ਦੇ ਰਹੇ, ਉਹਨਾਂ ਦੀ ਸੰਭਾਲ ਕਰਦੇ ਰਹੇ। ਹੁਣ ਇੱਕ ਪਾਸੇ ਤੰਗ ਦਿਲ ਸ਼ੇਖ ਅਹਿਮਦ ਸਰੰਦੀ, ਉਹਨੂੰ ਕਿਹਨੇ ਦੇਖਣਾ ਸੀ, ਲੋਕਾਂ ਨੇ ਪ੍ਰੈਕਟੀਕਲ ਦੇਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਪਰਉਪਕਾਰ ਦੀ ਮੂਰਤ ਨੇ, ਤੇ ਇੰਨਾ ਪ੍ਰਭਾਵ ਪਿਆ ਸੀ ਉਸ ਸਮੇਂ ਕਿ ਲੋਕ ਧੜਾ ਧੜ ਸਿੱਖ ਬਣਨੇ ਸ਼ੁਰੂ ਹੋ ਗਏ ਸਨ। ਫਿਰ ਸ਼ੇਖ ਅਹਿਮਦ ਸਰੰਦੀ ਨੇ ਸੋਚਿਆ ਵੀ ਮੈਂ ਇਕੱਲਾ ਕੀ ਕਰਾਂਗਾ, ਇਹਨੇ ਫਿਰ ਜਹਾਂਗੀਰ ਬਾਦਸ਼ਾਹ ਦਾ ਦਰਬਾਰੀ ਸੀ ਸ਼ੇਖ ਫਰੀਦ ਬੁਖਾਰੀ, ਉਹਦੇ ਤੱਕ ਪਹੁੰਚ ਕੀਤੀ। ਸ਼ੇਖ ਫਰੀਦ ਬੁਖਾਰੀ ਉਹ ਹੈ ਜਿਹਨੇ ਜਹਾਂਗੀਰ ਬਾਦਸ਼ਾਹ ਦਾ ਲਾਹੌਰ ਦਾ ਕਿਲ੍ਹਾ ਬਚਾਇਆ ਸੀ, ਤੇ ਜਹਾਂਗੀਰ ਨੇ ਇਹਨੂੰ ਉਪਾਧੀ ਦਿੱਤੀ ਸੀ ਮੁਰਤਜ਼ਾ ਖਾਨ ਦੀ। ਇਹਨੇ ਫਿਰ ਉਸ ਦਰਬਾਰੀ ਨਾਲ ਮਿਲ ਕੇ ਗਾਂਢ ਸਾਂਢ ਕੀਤੀ ਕਿ ਕਿਸੇ ਤਰੀਕੇ ਰਾਜਸੀ ਸ਼ਕਤੀ ਦੇ ਨਾਲ ਅਸੀਂ ਗੁਰੂ ਨਾਨਕ ਦਾ ਘਰ ਬੰਦ ਕਰਾਈਏ, ਪੰਜਾਬ ਦੀ ਧਰਤੀ ਚੋਂ ਸਿੱਖੀ ਖਤਮ ਕਰਾਈਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖਤਮ ਕਰ ਦਈਏ। ਇਹ ਨਕਸ਼ਬੰਦੀ ਸੀ ਰਾਜਸੀ ਸ਼ਕਤੀ ਦੇ ਨਾਲ ਗੁਰੂ ਨਾਨਕ ਦੇ ਘਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਵਾਹ, ਇਹ ਸੰਗਤ ਜੀ ਜਿਸ ਤਰ੍ਹਾਂ ਆਪਾਂ ਸੁਣਿਆ ਮੇਰੇ ਵੀਰ ਜੀ ਸਤਿਕਾਰ ਜੋ ਬੜੇ ਤਰੀਕੇ ਨਾਲ ਦੱਸਣ ਡਿਆ, ਪਰ ਟਾਈਮ ਸਾਡੇ ਕੋਲ ਬਹੁਤ ਥੋੜਾ 10 ਮਿੰਟ ਦਾ ਟਾਈਮ ਰਹਿ ਗਿਆ, ਬਹੁਤ ਜ਼ਿਆਦਾ ਸੀ ਆਪਣੇ ਕੋਲ, ਸਵਾਲ 2-3 ਹੈਗੇ ਆਪਾਂ ਹੋਰ ਕਰ ਲਈਏ। ਹਾਂ, ਤੇ ਜੇ ਮੈਂ ਚਲੋ ਜੇ ਟਾਈਮ ਆਪਣੇ ਕੋਲ ਕਵਰ ਕਰਕੇ ਜਿਸ ਤਰ੍ਹਾਂ ਚੰਦੂ ਨੂੰ ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜਦੋਂ ਵਰ ਦੇ ਯੋਗ ਹੋਇਆ, ਬਿਆਨ ਦੇ ਯੋਗ ਹੈ, ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮੈਂ ਲਾਗੀ ਨੂੰ ਭੇਜਿਆ ਚੰਦੂ ਦੇ ਕੋਲ ਗਿਆ, ਦਿੱਲੀ 'ਚ ਪਹੁੰਚੇ ਨੇ, ਤੇ ਚੰਦੂ ਨੇ ਜਦੋਂ ਕਿਹਾ ਵੀ ਲੜਕੀ ਵੇਖ ਕੇ ਚੰਦੂ ਨੂੰ ਜੋ ਦੱਸਿਆ ਵੀ ਇਹ ਅਸੀਂ ਲੜਕਾ ਦੇਖ ਲਿਆ, ਚੰਦੂ ਨੂੰ ਪਤਾ ਲੱਗ ਗੁਰੂ ਘਰ ਦਾ, ਉਹ ਦੱਸਦਾ ਕਿ ਚੁਬਾਰੇ ਦੀ ਇੱਟ ਮੋਰੀ ਲਾਤੀ ਤੁਸੀਂ, ਮੇਰੀ ਲੜਕੀ ਦਾ ਤੁਸੀਂ ਫਕੀਰਾਂ ਨਾਲ ਕਹਿ ਲਈ ਸਲਾਮ ਰਸਤਾ ਰਿਸ਼ਤਾ ਕਰ ਦਿੱਤਾ, ਇਸ ਸੰਗਤਾਂ ਨੂੰ ਪਤਾ ਲੱਗ ਗਈ, ਤੇ ਗੁਰੂ ਅਰਜਨ ਪਾਤਸ਼ਾਹ ਨੇ ਬਿਲਕੁਲ ਨਾ ਕਰਤੀ, ਚੰਦੂ ਪਾਪੀ ਨੇ ਐਂਡ ਤੇ ਬੜਾ ਸ਼ਹੀਦ ਕੀਤਾ, ਜਿਸ ਤਰ੍ਹਾਂ ਤੱਤੀ ਤਵੀ ਤੇ ਬਿਠਾ ਕੇ ਸੇ ਚ ਰੇਤਾ ਪਾਣੀ ਇਹਨੇ ਉਪਲ ਦੀ ਦੇਹ ਚ ਪਾਉਣਾ, ਬੜਾ ਮਨ ਨੂੰ ਦੁੱਖ ਹੁੰਦਾ ਜਦੋਂ ਗੱਲਾਂ ਯਾਦ ਕਰਦੇ ਹਾਂ ਸਤਿਗੁਰੂ ਰਾਮ ਤੱਕ ਕਰਨ। ਹਾਂਜੀ ਭਾਈ, ਤੁਸੀਂ ਕਹਿੰਦੇ ਬੜੇ ਵਿਚਾਰ ਹੋਰ ਕੀਮਤੀ ਦੱਸੋ, ਟਾਈਮ ਥੋੜਾ ਉਹਨੂੰ ਥੋੜਾ ਕਵਰ ਕਰਿਓ ਭਾਜੀ, 10 ਮਿੰਟ ਕਰੀਬ ਆਪਣੇ ਕੋਲ ਟਾਈਮ ਹੈ। ਹਾਂਜੀ ਹਾਂਜੀ ਭਾਜੀ। ਹਾਂਜੀ, ਇਸ ਤਰ੍ਹਾਂ ਫਿਰ ਇੱਕ ਪਾਸੇ ਜਿਹੜਾ ਸਮੇਂ ਦਾ ਬਾਦਸ਼ਾਹ ਜਹਾਂਗੀਰ ਹੈ, ਉਹ ਵੀ ਗੁਰੂ ਨਾਨਕ ਦੇ ਘਰ ਦੇ ਖਿਲਾਫ ਹੈ। ਹਾਂਜੀ, ਉਹਨੇ ਆਪਣੀ ਕੁਝ ਕੇ ਜਹਾਂਗੀਰੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੋਇੰਦਵਾਲ ਵਿੱਚ ਬਿਆਸ ਦੇ ਕਿਨਾਰੇ ਪੀਰਾਂ ਦੇ ਭੇਸ ਦੇ ਵਿੱਚ ਅਰਜਨ ਨਾਮ ਦਾ ਰਹਿੰਦਾ ਹੈ ਫਕੀਰ, ਹਾਂਜੀ, ਜਿਨਨੇ ਬਹੁਤ ਸਾਰੇ ਹਿੰਦੂਆਂ ਨੂੰ ਵੀ ਸਿੱਖ ਬਣਾਇਆ ਤੇ ਭੋਲੇ ਭਾਲੇ ਮੁਸਲਮਾਨ ਮੂਰਖ ਉਹ ਵੀ ਸਿੱਖ ਬਣ ਰਹੇ ਨੇ, ਹਾਂਜੀ, ਤੇ ਮੈਂ ਇਹ ਜਿਹੜੀ ਫਰੇਬੀ ਦੀ ਠੱਗੀ ਦੀ ਦੁਕਾਨ ਹੈ ਇਹਨੂੰ ਬੰਦ ਕਰਨਾ ਚਾਹਨਾ, 3-4 ਪੀੜ੍ਹੀਆਂ ਤੋਂ ਇਹ ਦੁਕਾਨ ਗਰਮ ਹੈ, ਮੈਂ ਚਾਹਨਾ ਵੀ ਜਾਂ ਤੇ ਦੁਕਾਨ ਬੰਦ ਕਰ ਦਿੱਤੀ ਜਾਏ ਜਾਂ ਇਹਨੂੰ ਆਪਣੇ ਮੁਸਲਮਾਨੀ ਮਤ ਵਿੱਚ ਲਿਆਇਆ ਜਾਏ।
ਇਹਦਾ ਮਤਲਬ ਜਹਾਂਗੀਰ ਬਾਦਸ਼ਾਹ ਵੀ ਗੁਰੂ ਨਾਨਕ ਦੇ ਘਰ ਦੇ ਖਿਲਾਫ ਸੀ। ਹੁਣ ਇਸ ਗੱਲ ਦਾ ਫਾਇਦਾ ਉਠਾਇਆ ਸ਼ੇਖ ਅਹਿਮਦ ਸਰਹੰਦੀ ਤੇ ਮੁਰਤਜ਼ਾ ਖਾਨ ਨੇ, ਕਿਵੇਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕੀਤੀ, ਬਿਲਕੁਲ ਜਹਾਂਗੀਰ ਨੇ ਡਿਊਟੀ ਲਾਈ ਮੁਰਤਜ਼ਾ ਖਾਨ ਦੀ ਵੀ ਮੇਰੇ ਪੁੱਤਰ ਖੁਸਰੋ ਨੂੰ ਤੇ ਇਹਦੇ ਬਾਗੀਆਂ ਨੂੰ ਖਤਮ ਕਰ ਦੇ। ਮੁਰਤਜ਼ਾ ਖਾਨ ਨੇ ਜਰਨੈਲ ਨੇ ਖੁਸਰੋ ਨੂੰ ਵੀ ਮਾਰ ਦਿੱਤਾ, ਜਿਹੜੇ ਇਹਦੇ ਬਾਗੀ ਸੀ ਸਹਾਇਤਾ ਕਰਨ ਵਾਲੇ ਸਾਥੀ ਜਿੱਥੇ ਜਿੱਥੇ ਵੀ ਖੁਸਰੋ ਗਿਆ ਇਹ ਵੀ ਗਿਆ, ਇਹਦੇ ਬਾਗੀਆਂ ਨੂੰ ਵੀ ਮਾਰਦਾ ਗਿਆ, ਖੁਸਰੋ ਨੂੰ ਫੜ ਕੇ ਮਾਰ ਦਿੱਤਾ। ਅੱਛਾ, ਸਰਹੰਦੀ ਤੇ ਮੁਰਤਜ਼ਾ ਖਾਨ ਨੇ ਮਿਲ ਕੇ ਸਲਾਹ ਬਣਾਈ ਵੀ ਕਿਉਂ ਨਾ ਇਸ ਕੰਮ ਦੇ ਵਿੱਚ ਗੁਰਜਨ ਦੇ ਪਾਤਸ਼ਾਹ ਨੂੰ ਵੀ ਫਸਾ ਲਈਏ। ਇਹਨਾਂ ਝੂਠੀ ਸ਼ਿਕਾਇਤ ਕੀਤੀ ਜਹਾਂਗੀਰ ਬਾਦਸ਼ਾਹ ਨੂੰ ਕਿ ਤੇਰੇ ਪੁੱਤਰ ਖੁਸਰੋ ਦੀ ਗੁਰਜਨ ਦੇ ਪਾਤਸ਼ਾਹ ਨੇ ਹਮਾਇਤ ਕੀਤੀ ਹੈ, ਤੇਰਾ ਪੁੱਤਰ ਖੁਸਰੋ ਗੋਇੰਦਵਾਲ ਸਾਹਿਬ ਵੀ ਗਿਆ ਸੀ ਤੇ ਗੁਰਜਨ ਦੇ ਪਾਤਸ਼ਾਹ ਦੇ ਲੰਗਰ ਵੀ ਜਾ ਕੇ ਨੇ ਛਕਿਆ ਤੇ ਗੁਰਜਨ ਦੇ ਪਾਤਸ਼ਾਹ ਨੇ ਮੱਥੇ ਤੇ ਤਿਲਕ ਲਾ ਕੇ ਇਹਨੂੰ ਰਾਜਭਾਗ ਹੋਣ ਦਾ ਵਰ ਦਿੱਤਾ ਵਾ। ਹਾਂਜੀ, ਜਹਾਂਗੀਰ ਤੇ ਬਾਨੇ ਭਾਲਦਾ ਹੀ ਸੀ, ਉਹਨੇ ਕਿਹਾ ਅੱਛਾ, ਮੁਰਤਜ਼ਾ ਖਾਨ ਨੂੰ ਕਿਹਾ ਤੂੰ ਆਪ ਜਾ ਸਤਿਗੁਰੂ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ। ਹੁਣ ਇਹ ਝੂਠੀ ਕਹਾਣੀ ਸੀ, ਝੂਠੀ ਸ਼ਿਕਾਇਤ ਸੀ, ਕਿਉਂ? ਉਹ ਕਹਿੰਦੇ ਨੇ ਗੋਇੰਦਵਾਲ ਸਾਹਿਬ ਖੁਸਰੋ ਗਿਆ ਤੇ ਗੁਰੂ ਸਾਹਿਬ ਨੇ ਆਸ਼ੀਰਵਾਦ ਦਿੱਤੀ। ਪਹਿਲੀ ਗੱਲ, ਗੁਰਜਨ ਦੇ ਪਾਤਸ਼ਾਹ ਉਨੀ ਦਿਨੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ, ਗੋਇੰਦਵਾਲ ਸਾਹਿਬ ਤੇ ਗਏ ਨਹੀਂ ਸੀ ਉਦੋਂ। ਦੂਜੀ ਗੱਲ, ਉਸਨੇ ਲੰਗਰ ਛਕਿਆ, ਕਦੀ ਉਹਦਾ ਦਾਦਾ ਅਕਬਰ ਲੰਗਰ ਛਕ ਕੇ ਗਿਆ, ਅੱਜ ਪੋਤਾ ਛਕਿਆ, ਕੀ ਫਰਕ ਪੈਂਦਾ ਹੈ? ਲੰਗਰ ਤੇ ਸਾਰੀ ਦੁਨੀਆ ਦਾ ਸਾਂਝਾ ਹੈ, ਕੋਈ ਵੀ ਛਕ ਸਕਦਾ ਹੈ। ਤੀਜੀ ਗੱਲ, ਗੁਰੂ ਸਾਹਿਬ ਨੇ ਤਿਲਕ ਲਾ ਕੇ ਰਾਜਭਾਗ ਦਾ ਵਰ ਦਿੱਤਾ, ਇਹ ਝੂਠੀ ਖਬਰ ਸੀ ਕਿਉਂਕਿ ਗੁਰੂ ਨਾਨਕ ਦੇ ਘਰ ਤਿਲਕ ਨੂੰ ਕੋਈ ਥਾਂ ਨਹੀਂ ਹੈ। ਬਿਲਕੁਲ, ਗੱਲ ਮਾਲਾ, ਤਿਲਕ ਲਿਲਾਟੰਗ ਦੋਇ ਧੋਤੀ ਬਸਤਰ ਕਪਾਟੰਗ, ਜੇ ਜਾਣਸ ਬ੍ਰਹਮੰ ਕਰਮੰਗ ਸਭ ਫੋਕਟ ਨਿਸ਼ਚੋ ਕਰਮੰਗ। ਇਹ ਫੋਕਟ ਕਰਮ ਕਾਂਡ ਨੇ, ਤਿਲਕ ਨੂੰ ਕੋਈ ਥਾਂ ਨਹੀਂ, ਗੁਰੂ ਨਾਨਕ ਦੇ ਘਰ ਤਿਲਕ ਨਹੀਂ ਲਾਏ ਜਾਂਦੇ। ਸਾਡੇ ਕਈ ਕਹਾਣੀਕਾਰਾਂ ਨੇ ਗੁਰੂ ਸਾਹਿਬਾਨਾਂ ਤੱਕ ਨੂੰ ਦਿੱਤੇ ਸਾਡੀ ਕਿਤਾਬਾਂ ਦੇ ਵਿੱਚ, ਪਰ ਯਾਦ ਰੱਖਿਓ ਤਿਲਕ ਦੀ ਕੋਈ ਪਰੰਪਰਾ ਨਹੀਂ। ਇੱਕ ਤਿਲਕ ਦਾ ਜ਼ਿਕਰ ਮਿਲਦਾ ਹੈ ਰਾਮਦਾਸ ਸੋਢੀ ਤਿਲਕ ਦੀ ਆ, ਉਹ ਕਿਹੜਾ? ਗੁਰੂ ਸ਼ਬਦ ਸੱਚ ਨਿਸ਼ਾਨ ਜੀਓ, ਸ਼ਬਦ ਦੀ ਨਿਸ਼ਾਨੀ ਲਾਈ, ਭਾਵ ਸ਼ਬਦ ਦੀਆਂ ਪੋਥੀਆਂ ਝੋਲੀ ਚ ਪਾਈਆਂ ਸੀ, ਵਿੱਚ ਤਿਲਕ ਜਿਹੜਾ ਗੁਰਬਾਣੀ ਹੈ, ਬਸ ਮੱਥੇ ਤੇ ਤਿਲਕ ਲਾਉਣ ਦੀ ਕੋਈ ਮਰਿਆਦਾ ਨਹੀਂ ਹੈ। ਹੁਣ ਇਹ ਝੂਠੀ ਖਬਰ, ਮੁਰਤਜ਼ਾ ਖਾਨ ਆਇਆ, ਉਹਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਨੂੰ, ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਠਾਇਆ, ਇੱਕ ਹਦਾਇਤ ਕਰ ਦਿੱਤੀ ਸੀ ਕਿ ਸ਼ਾਂਤਮਈ ਢੰਗ ਨਾਲ ਚੱਲੇ ਆ, ਜੇ ਸ਼ਾਂਤਮਈ ਢੰਗ ਨਾਲ ਸ਼ਹਾਦਤ ਦੇਣ ਦੇ ਨਾਲ ਜ਼ਾਲਮਾਂ ਦਾ ਪੱਥਰ ਮਨ ਨਾ ਪਕੜੇ, ਫਿਰ ਤਲਵਾਰ ਦੇ ਨਾਲ ਇਹਨਾਂ ਜ਼ਾਲਮਾਂ ਦਾ ਮੁਕਾਬਲਾ ਕਰਿਓ, ਸਿੰਘਾਂ ਵਾਲੇ ਜਾਨਵਰ ਜੇ ਨਾ ਪਿਘਲਣ ਤੇ ਉਹਨਾਂ ਸਾਹਮਣੇ ਮੱਥਾ ਟੇਕ ਕੇ ਉਹਨਾਂ ਦੇ ਸੁਭਾਵਲਨ ਦੀ ਕੋਸ਼ਿਸ਼ ਦੀ ਉਡੀਕ ਨਹੀਂ ਕਰਨੀ ਚਾਹੀਦੀ, ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ, ਲਾਹੌਰ ਵਿੱਚ ਸਤਿਗੁਰੂ ਪਾਤਸ਼ਾਹ ਨੂੰ ਪੱਥੀਏ ਦਿੱਤੇ ਗਏ, ਭੁੱਖਾ ਪਾਣਾ ਰੱਖਿਆ ਗਿਆ, ਪਿਆਸਾ ਰੱਖਿਆ ਗਿਆ, ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਜੀ ਨੂੰ ਉਬਲ ਦੀ ਦੇਗ ਚ ਉਬਾਲਿਆ ਗਿਆ, ਤੱਤੀ ਤਵੀ ਦੇ ਉੱਪਰ ਬਿਠਾ ਕੇ ਸੀਸ ਤੇ ਗਰਮ ਰੇਤ ਪਾਈ, ਭਾਵ ਇਹ ਬਹਾਨੇ ਸਨ ਕੁਛ ਜਿਨ੍ਹਾਂ ਨੂੰ ਝੂਠੀਆਂ ਸ਼ਿਕਾਇਤਾਂ ਦੇ ਆਧਾਰ ਤੇ ਸਤਿਗੁਰੂ ਨੂੰ ਪੱਥੀਏ ਦਿੱਤੇ ਗਏ। ਤੇ ਤਿੰਨ ਗੱਲਾਂ ਸਾਹਮਣੇ ਰੱਖੀਆਂ ਸੀ, ਪਹਿਲੀ ਗੱਲ, ਜੇ ਜਾਨ ਬਖਸ਼ੀ ਚਾਹੁੰਦੇ ਹੋ ਤੇ ਤੁਸੀਂ ਇਸਲਾਮਿਕ ਮਤ ਚ ਆ ਜਾਓ, ਦੂਜੀ ਗੱਲ, ਤੁਸੀਂ ਤੁਹਾਡੇ ਕੋਲ ਬੜਾ ਚੜਾਵਾ ਚੜਦਾ ਵੈ, ਸ਼ਾਹੀ ਖਜ਼ਾਨੇ ਵਿੱਚ ਟੈਕਸ ਜਮ੍ਹਾਂ ਕਰਾਓ, ਤੀਜੀ ਗੱਲ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਦਾ ਸ਼ਬਦ ਦਰਜ ਕਰ ਦਿਓ। ਸਤਿਗੁਰੂ ਪਾਤਸ਼ਾਹ ਨੇ ਪਹਿਲੀ ਗੱਲ ਦਾ ਜਵਾਬ ਦਿੱਤਾ ਵੀ ਅਸੀਂ ਆਪਣੇ ਧਰਮ ਚ ਪੱਕੇ ਹਾਂ, ਬਿਲਕੁਲ, ਡੋਲ ਜਾਣਾ ਸਿੱਖੀ ਚੜ ਕੇ ਇਸਲਾਮ ਮਤ ਵਿੱਚ ਆ ਜਾਣਾ, ਤੇ ਹੋ ਸਕਦਾ ਕੱਲ ਨੂੰ ਡੋਲ ਕੇ ਮਤ ਵਿੱਚ ਛੱਡ ਦਿਆਂ, ਕਿਸੇ ਹੋਰ ਮਤ ਚੱਲ ਜਾਵਾਂ, ਫਿਰ ਕਿੰਨਾ ਕੁ ਪੱਕਾ ਰਵਾਂਗਾ ਮੈਂ, ਅਸੀਂ ਆਪਣੇ ਧਰਮ ਚ ਪੱਕੇ ਹਾਂ, ਤੈਨੂੰ ਆਪਣਾ ਧਰਮ ਪਿਆਰਾ ਹੈ, ਤੈਨੂੰ ਆਪਣਾ ਮਤ ਪਿਆਰਾ, ਸਾਨੂੰ ਆਪਣਾ ਮਤ ਪਿਆਰਾ। ਦੂਜੀ ਗੱਲ, ਹਾਂਜੀ, ਗੁਰੂ ਨਾਨਕ ਦੀ ਕਿਰਤੀ ਸਿੱਖਾਂ ਦੇ ਇੱਕ ਇੱਕ ਪੈਸੇ ਦੇ ਨਾਲ ਗੁਰੂ ਕੇ ਲੰਗਰ ਚਲਾਏ ਜਾ ਸਕਦੇ ਨੇ, ਗਰੀਬ ਲੋੜਵੰਦਾਂ ਦੀ ਮਦਦ ਹੋ ਸਕਦੀ ਹੈ, ਸ਼ਾਨੇ ਨਹੀਂ ਭਰੇ ਜਾ ਸਕਦੇ। ਹਾਂਜੀ ਹਾਂਜੀ, ਇੱਕ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ, ਸਾਡੇ ਪੰਜਾਬ ਭਾਰਤ ਦੀ ਧਰਤੀ ਤੇ ਇੱਕ ਅਕਾਲੀ ਲੀਡਰ ਜਿਹਨੇ ਕਿਹਾ ਸੀ ਕਿ ਗੁਰਦੁਆਰਾ ਸੋਨਾ ਤੇ ਚੜਾਵਾ ਸਰਕਾਰ ਨੂੰ ਦੇ ਦਿਓ, ਹੱਦ ਹੋ ਗਈ। ਯਾਦ ਰੱਖਿਓ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਵੀ ਇਹ ਗੱਲ ਕਹੀ ਨੇ ਕਿ ਟੈਕਸ ਜਮ੍ਹਾਂ ਕਰਾਓ, ਚੜਾਵਾ ਇੱਥੇ ਦਿਓ, ਸਤਿਗੁਰੂ ਪਾਤਸ਼ਾਹ ਨੇ ਠੋਕ ਕੇ ਜਵਾਬ ਦਿੱਤਾ ਸੀ ਇਹ ਸ਼ਾਹੀ ਖਜ਼ਾਨੇ ਭਰਨ ਵਾਸਤੇ ਨਹੀਂ ਇੱਕ ਚੜਾਵਾ, ਇਹ ਲੰਗਰਾਂ ਵਾਸਤੇ ਹੈ ਤੇ ਲੋੜਵੰਦਾਂ ਦੀ ਮਦਦ ਵਾਸਤੇ ਹੈ, ਸਰਕਾਰੀ ਖਜ਼ਾਨੇ ਭਰਨ ਵਾਸਤੇ ਨਹੀਂ। ਅੱਜ ਸਾਡੇ ਆਪਣੇ ਅਕਾਲੀ ਆਗੂ ਕਹਿ ਰਹੇ ਨੇ ਕਿ ਆਪਣੇ ਗੁਰਦੁਆਰੇ ਦਾ ਸੋਨਾ ਤੇ ਚੜਾਵਾ ਸਰਕਾਰੀ ਖਜ਼ਾਨੇ ਚ ਜਮ੍ਹਾਂ ਕਰਾਓ, ਬਹੁਤ ਛੋਟੀ ਇਹਦਾ ਮਤਲਬ ਉਹ ਜਹਾਂਗੀਰ ਵਾਲਾ ਰੋਲ ਅਦਾ ਕਰ ਰਹੇ ਨੇ ਉਹ ਲੋਕ।
ਜਿਹੜੇ ਗੁਰੂ ਨਾਨਕ ਦੇ ਘਰ ਦੀ ਮਾਂ ਨੂੰ ਦੇਣਾ ਚਾਹੁੰਦੇ ਨੇ। ਗੁਰੂ ਨਾਨਕ ਦੇ ਘਰ ਅਸੀਂ ਲੰਗਰ ਲਾਈਏ, ਲੋੜਵੰਦ ਨੂੰ ਦਈਏ, ਕਿਰਤੀ ਸਿੱਖਾਂ ਦੀ ਇੱਕ ਇੱਕ ਪੈਸੇ ਦੀ ਕਮਾਈ ਹੈ, ਸਰਕਾਰਾਂ ਦਾ ਕੰਮ ਹੈ ਉਹ ਲੋਕਾਂ ਤੋਂ ਟੈਕਸ ਲੈ ਕੇ ਉਹ ਦੁਨੀਆ ਤੇ ਲਾਵੇ, ਨਾ ਕਿ ਗੁਰਦੁਆਰਿਆਂ ਦਾ ਸੋਨਾ ਤੇ ਚੜਾਵਾ ਲਵੇ। ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਹੈਗਾ। ਇਹੀ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਉਦੋਂ ਵੀ ਇਹ ਗੱਲ ਹੋਈ ਸੀ ਕਿ ਚੜਾਵੇ ਦੇ ਵਿੱਚੋਂ ਖਜ਼ਾਨਾ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਓ। ਸਤਿਗੁਰੂ ਕਹਿਣ ਲੱਗੇ ਨਹੀਂ, ਕਿਰਤੀ ਸਿੱਖਾਂ ਦੀ ਕਮਾਈ ਨਾਲ ਸਮਾਜ ਦਾ ਭਲਾ ਹੋ ਸਕਦਾ ਹੈ, ਤੇਰੇ ਵਰਗੇ ਬਾਦਸ਼ਾਹ ਦੇ ਖਜ਼ਾਨੇ ਨਹੀਂ ਭਰੇ ਜਾ ਸਕਦੇ। ਸਰਕਾਰੀ ਖਜ਼ਾਨਿਆਂ ਵਾਸਤੇ ਗੁਰੂ ਦੀ ਘਰ ਦੀ ਮਾਇਆ ਨਹੀਂ ਹੈਗੀ। ਹਾਂਜੀ ਹਾਂਜੀ ਤੀਜੀ ਗੱਲ, ਹਜ਼ਰਤ ਮੁਹੰਮਦ ਸਾਹਿਬ ਦੇ ਸ਼ਬਦ ਦਾ ਸਿਫਤ ਦਾ ਸ਼ਬਦ ਕਹਿਣ ਲੱਗੇ, ਬਿਲਕੁਲ ਅਸੀਂ ਬਾਣੀ ਉਚਾਰਦੇ ਹੀ ਨਹੀਂ ਆ, ਜੋ ਮਾਲਕ ਦਿੰਦੇ ਅਸੀਂ ਉਹ ਲਿਖ ਦਿੰਦੇ ਆ। ਤੂੰ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਮੈਂ ਤੇ ਬੋਲ ਜਾਣਦਾ ਇੱਥੇ ਜੈਸੀ ਖਸਮ ਕੀ ਬਾਣੀ ਤੈਸੜਾ ਕਰੀ ਗਿਆ ਮੇਰਾ। ਇਹ ਤੁਰਕੀ ਬਾਣੀ ਆਈ ਹੈ, ਤੁਰਕੀ ਬਾਣੀ ਅਸੀਂ ਉਚਾਰੀ, ਮਾਲਕ ਨੇ ਭੇਜਣੀ ਹੈ ਉਹ ਲਿਖ ਦੇਣੀ ਹੈ। ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਅਕਾਲ ਪੁਰਖ ਦੀ ਸਿਫਤ, ਕਿਸੇ ਦੀ ਕੋਈ ਸਿਫਤ ਨਹੀਂ, ਸਿਰਫ ਅਕਾਲ ਪੁਰਖ ਦੀ ਸਿਫਤ ਦਾ ਖਜ਼ਾਨਾ ਹੈ। ਇੱਥੇ ਤੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਬਾਕੀ ਸਾਰੇ ਲਪੇਟ ਲਪੂਟ ਕੇ ਖੁੰਝੇ ਲਾ ਦਿੱਤੇ, ਹੋਂ ਤੋਂ ਇੱਕ ਰਮਈਆ ਲੈ ਹੋ ਆਮ ਦੇਵ ਬਦਲਾ ਮੰਦੇ ਹੋ। ਤੇ ਟਾਈਮ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਨੇ ਫਿਰ ਮੌਤ ਦਾ ਹੁਕਮ ਸੁਣਾਇਆ ਸੀ। ਹਾਂਜੀ, ਆਪ ਗੱਲ ਕਰੋ, ਮਾਫ ਕਰਨਾ, ਗੱਲਾਂ ਸੁਣਨ ਨੂੰ ਬਹੁਤ, ਕਥਾ ਸੁਣਨ ਨੂੰ ਚਾਰ ਦਿਲ ਕਰਦਾ, ਬੜਾ ਮਨ ਭਾਉਂਦਾ ਹੈ, ਪਰ ਟਾਈਮ ਕਿਸੇ ਦਾ ਮਿੱਤਰ ਨਹੀਂ ਹੁੰਦਾ, ਇੰਨਾ ਕਿ ਚੱਲ ਹੀ ਜਾਂਦਾ। ਆਪਕੋ ਲਾਸਟ ਟਾਈਮ ਸਾਡੇ ਕੋਲ 30 ਸੈਕਿੰਡ ਦਾ ਰਹਿ ਗਿਆ ਨੇ। ਆਪਾਂ ਸੰਗਤ ਜੀ ਬਹੁਤ ਧੰਨਵਾਦ ਆ, ਸਮਰੱਥ ਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਨੇ ਪਿਆ, ਉਹਨਾਂ ਦੇ ਉਹਨਾਂ ਦੀ ਚੰਗਿਆਈਆਂ ਸ਼ਾਈਆਂ ਨੂੰ ਯਾਦ ਕਰਨੇ ਪਿਆ। ਸਤਿ ਸਮੁੱਚੀ ਲਕਾਈ ਦਾ ਭਲਾ ਕਰਨ, ਜਿੱਥੇ ਚੰਦੂ ਪਾਪੀ ਨੇ ਇੰਨਾ ਕਸ਼ਟ ਦਿੱਤਾ ਗੁਰੂ ਅਰਜਨ ਪਾਤਸ਼ਾਹ, ਜਿਹੜੇ ਨਾਲ ਸਿੰਘ ਗਏ ਸੀ ਉਹਨਾਂ ਨੂੰ ਇੰਨੇ ਸ਼ਹੀਦ ਤਸੀਹੇ ਦਿੱਤੇ, ਬੜਾ ਮਨ ਦੁਖੀ ਹੁੰਦਾ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾਤੇ ਨੇ ਇਸ ਤਰ੍ਹਾਂ ਵਿੱਚ ਚੰਦੂ ਦੀ ਨੱਕ ਦੇ ਨਕੇਲ ਪਾ ਕੇ ਦਿੱਲੀ ਦੇ ਵਿੱਚ ਇੱਥੇ ਉਸੇ ਜਗ੍ਹਾ ਤੇ ਲੈ ਕੇ ਉਸੇ ਭੜਭੂਜੇ ਨੇ ਮਾਰਿਆ ਸੀ, ਜਿਹੜਾ ਕੜਛਾ ਬੰਦਾ ਪਿਆ ਸੀ, ਜਿਹੜਾ ਰੇਤਾ ਬੰਦਾ ਪਿਆ ਸੀ, ਉਹਦੇ ਨਾਲ ਨੂੰ ਖਤਮ ਕੀਤਾ ਸੀ ਕਿ ਤੂੰ ਮੇਰੇ ਕੋਲ ਆਪਣੇ ਨਸ਼ੇ ਦੇ ਜ਼ੋਰ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਸਿਰ ਦੇ ਵਿੱਚ ਮੇਰੇ ਕੋਲ ਰੇਤ ਪਾ ਰਿਹਾ ਸੀ, ਉਸੇ ਕੜਛੇ ਨਾਲ ਚੰਦੂ ਨੂੰ ਮਾਰਿਆ ਸੀ। ਇਹ ਗੁਰੂ ਨਾਨਕ ਦੇ ਘਰ ਜਿਹੜਾ ਕੋਈ ਅੜਦਾ, ਜਿਹੜਾ ਕੋਈ ਮੱਥਾ ਲਾਉਂਦਾ ਅਜਿਹਾ, ਉਹ ਸਦਾ ਹੀ ਝੜਦਾ। ਜਿਹੜਾ ਗੁਰੂ ਨਾਨਕ ਦੇ ਘਰ ਸਰ ਮੱਥਾ ਟੇਕਦਾ, ਉਹਦੀ ਸਦਾ ਹੀ ਜਿੱਤ ਰਹਿੰਦੀ ਹੈ। ਸੰਗਤ ਜੀ, ਅੱਜ ਜੋ ਹੁਣ 5-7 ਮਿੰਟ ਤੋਂ ਬਾਅਦ ਸਹਿਜ ਪਾਠ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੋ ਅੱਜ ਸਲੋਕ ਸ਼ੁਰੂ ਹੋ ਜਾਣੇ ਨੇ, ਭੋਗ ਦੇ ਸਲੋਕ ਸ਼ੁਰੂ, ਆਪਾਂ ਸਭ ਨੇ ਸਰਵਣ ਕਰਨੇ ਨੇ, ਤੇ ਉਸ ਕਰਤਾਰਪੁਰ ਦੀ ਧਰਤੀ ਤੋਂ ਕਥਾ ਕੀਰਤਨ ਹੋਣੇ ਨੇ, ਢਾਡੀ ਵਾਰਾਂ ਹੋਣੀਆਂ, ਆਪਣੇ ਸਭ ਨੇ ਸਰਵਣ ਕਰਨੀਆਂ। ਇਹਦੇ ਨਾਲ ਨਾਲ ਆਪਾਂ ਸਿੱਖ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰਨੀ। ਭਾਈ ਅੰਮ੍ਰਿਤਪਾਲ ਜੀ, ਤੁਸੀਂ 10 ਸੈਕਿੰਡ ਵਿੱਚ ਕੀ ਕਹਿਣਾ ਚਾਹੋਗੇ ਲਾਸਟ ਦੇ ਸਿੱਖ ਚੈਨਲ ਬਾਰੇ ਜੀ? ਹਾਂਜੀ ਹਾਂਜੀ, ਜਿਹੜੇ ਵੀ ਚੈਨਲ ਗੁਰੂ ਨਾਨਕ ਦੇ ਘਰ ਦੇ ਸੱਚੇ ਸੁੱਚੇ ਸਿਧਾਂਤ ਨੂੰ ਪਹੁੰਚਾਉਣ ਦਾ ਯਤਨ ਕਰ ਰਹੇ ਨੇ, ਹਾਂਜੀ, ਉਹਨਾਂ ਦਾ ਸਾਨੂੰ ਸਹਿਯੋਗ ਕਰਨਾ ਚਾਹੀਦਾ ਜੀ। ਬਿਲਕੁਲ ਕਰਨਾ ਚਾਹੀਦਾ, ਬਿਲਕੁਲ। ਤੇ ਲੋੜ ਸਾਨੂੰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ, ਬਾਣੀਆਂ ਕਹਾਣੀਆਂ ਪੁੱਤ ਪੁੱਤ ਸਤਿਗੁਰੂ ਪਾਤਸ਼ਾਹ ਮੰਨ ਲੈਣ, ਸਹੀ ਕਰਮ ਕੇ ਗੁਰੂ ਸਾਹਿਬ ਦੀ ਰਹਿਮਤਾਂ ਤਰਸ ਦਿਆ, ਜੋ ਕਥਾ ਕਹਾਣੀਆਂ ਘਰ ਘਰ ਦੇ ਸਿੱਖਣ ਨਾਲ ਪਹੁੰਚਾ ਰਿਹਾ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਾਂ ਸ਼ਹੀਦੀ ਦੀ ਗੱਲ ਕਰਦਿਆਂ, ਮੇਰੇ ਕੋਲ ਤੇ ਮੇਰੇ ਅਤਿ ਸਤਿਕਾਰਯੋਗ ਵੀਰ ਕੋਲ ਗਲਤੀਆਂ ਹੋ ਜਾਂਦੀਆਂ, ਭੁੱਲਣ ਅੰਦਰ ਸਭ ਕੋ, ਭੁੱਲ ਗੁਰੂ ਕਰਤਾਰ, ਲੇਖੇ ਕਤਰਾ ਛੁੱਟੀਏ ਖਿਰਕਨ ਪੁਨਹਾਰ, ਬਖਸ਼ਣਹਾਰ ਬਖਸ਼ਣਾ ਨਾਂਗ ਪਾਰ ਤਾਰ। ਬੁਲਾਈਏ ਵੇਖ ਦੋ ਸਿੱਖ ਚੈਨਲ, ਅੱਜ ਭੋਗ ਤੋਂ ਬਾਅਦ ਤੁਸੀਂ ਕਥਾ ਕੀ ਸਰਵਣ ਕਰਨਾ, ਤੁਹਾਡਾ ਆਪਣਾ ਚੈਨਲ ਵੱਧ ਤੋਂ ਵੱਧ ਸਪੋਰਟ ਕਰਨੀ ਹੈ। ਬੁਲਾਈਏ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।